सब्सक्राइब करो चढ़दिकला टाइम टीवी नू ते लेटेस्ट अपडेट पाउन ले प्रेस करो बेल आइकन। पाद पंकज बंदन, पाद पंकज बंदन, सिमरहो अंगद दोख निकंदन। अमरदास गुर हृदय ध्यावो, गुर हृदय ध्यावो, श्री गुर रामदास गुण गावो। श्री अर्जन बिघ्नान के नाशक, बिघ्नान के नाशक, हर गोविंद शुभ सुमत प्रकाशक। श्री हर राय नामो कार जोरी, नामो कार जोरी, गुर हर कृष्ण मनाऊं बहोरी। तेग बहादुर परम कृपाला, परम कृपाला, श्री गुरु गोविंद सिंह विसाला। तरों तरा पर पुन पुन सीसा, पुन पुन सीसा, बंदों बार बार जगदीसा। जिस मह अमृत ज्ञान है, माणिक भगत वैराग, गुरु ग्रंथ साहिब उदद, बंदों कर अनुराग। श्री गुर शब्द कमाए जिना, जिते पंच बेकार, तिन संतन कौ बंदना, सिर चरणन पर तार। एकंकारा सत गुरु तेह प्रसाद सच होए, वाहे गुरु जी की फतेह है, बिघन विनाशन सोए। वाहे गुरु जी की फतेह है, बिघन विनाशन सोए। सतनाम श्री वाहिगुरु साहिब जी, बचन कहो श्री नानक तीर, पुन दान का करे शरीर, सो गिर ही गंगा का नीर, धर्म गृहस्थ को दान गहीर। वाहे गुरु जी का खालसा, वाहे गुरु जी की फतेह। गरीब नवाज चवर शतर तख्त दे मालक, अकाल पुरख जोत खंडा ब्रह्मंडा दे मालक, सर्वशक्तिमान सर्व कला समर्थ दातार अकाल पुरख, दस पातशाहियां दी इलाही जोत, धन सतगुरु श्री गुरु गुरु ग्रंथ साहिब जी, पिता परमेश्वर दी पावन निगी गोद अंदर, शहनशाह बाला प्रीतम कलगीधर चोजी प्रीतम मर्द अगमड़े, शहनशाह बादशाह दरवेश सतगुरु श्री गुरु गुरु गोबिंद सिंह महाराज जी दे पावन पवित्र प्रगट स्थान तख्त श्री हरिमंदर जी श्री पटना साहिब दी पावन इलाही धरती ते
ਗੁਰੂ ਦੇ ਤਰਸ ਦੇ ਸਦਕਾ, ਗੁਰੂ ਕੀ ਆਸੀਸ ਦੇ ਸਦਕਾ, ਗੁਰੂ ਕੀ ਸਵੱਲੀ ਨਿਗਾਹ, ਬਖਸ਼ਿਸ਼, ਕਿਰਪਾ, ਰਹਿਮਤ ਦੇ ਸਦਕਾ ਮਾਲਕ ਦੀ ਗੋਦ ਅੰਦਰ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ ਸਾਹਿਬ ਨੇ ਸੁਭਾਗ ਬਖਸ਼ਿਆ ਹੈ ਜੋ ਲੜੀਵਾਰ ਗੁਰ ਇਤਿਹਾਸ ਇਹਨਾਂ ਪਾਵਨ ਜੀਵਨ ਕਾਲ ਦੇ ਸਮੇਂ ਦਰਮਿਆਨ ਸਰਵਣ ਕਰਨ ਦਾ ਸੁਭਾਗ ਮਿਲਿਆ। ਇਸ ਮਨੁੱਖੀ ਜਾਮੇ ਦੇ ਅੰਦਰ ਜਿੱਥੇ ਗੁਰੂ ਕੀਆਂ ਬੇਅੰਤ ਬਖਸ਼ਿਸ਼ਾਂ ਆਪਾਂ ਨੂੰ ਮਿਲਦੀਆਂ ਨੇ, ਸੋ ਗੁਰੂ ਕੀ ਸਭ ਤੋਂ ਵੱਡੀ ਇਹ ਬਖਸ਼ਿਸ਼ ਹੈ ਕਿ ਇਹਨਾਂ ਚੱਲ ਰਹੇ ਸਵਾਸਾਂ ਦੇ ਦਰਮਿਆਨ, ਇਹ ਜ਼ਿੰਦਗੀ ਦੀ ਚੱਲ ਰਹੀ ਰਫਤਾਰ ਦੇ ਦਰਮਿਆਨ, ਇਹ ਜ਼ਿੰਦਗੀ ਦਾ ਇੱਕ ਐਸਾ ਪੜਾਅ ਆਇਆ ਜਿੱਥੇ ਲੜੀਵਾਰ ਗੁਰੂ ਕਾ ਇਤਿਹਾਸ ਸੁਣ ਰਹੇ ਹਾਂ। ਸੋ ਧੰਨ ਗਰੀਬ ਨਿਵਾਜ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਜੀਵਨ ਬਿਰਤਾਂਤ, ਜੋ ਲੰਬੇਰੇ ਅਰਸੇ ਤੋਂ ਗੁਰੂ ਕੇ ਸਿੱਖ ਅਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਵਿਚਾਰ ਸਿੱਖਾਂ ਦੇ ਮਨ ਦੇ ਵਲਵਲੇ, ਸਿੱਖਾਂ ਦੇ ਅੰਦਰਨੀਆਂ ਭਾਵਨਾਵਾਂ ਜੋ ਸ਼ਬਦਾਂ ਦੇ ਰੂਪ ਵਿੱਚ ਗੁਰੂ ਕੇ ਸਾਹਮਣੇ ਆ ਕਰਕੇ ਪ੍ਰਗਟ ਕਰ ਰਹੇ ਨੇ। ਸੋ ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਭਾਈ ਪੁਰੀਆ, ਭਾਈ ਚੂਹੜ ਅਤੇ ਭਾਈ ਪੈੜਾ, ਭਾਈ ਦੁਰਗਾ, ਇਹ ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਆਏ ਨੇ। ਸਭ ਤੋਂ ਪਹਿਲਾਂ ਭਾਈ ਪੁਰੀਆ, ਭਾਈ ਚੂਹੜ ਆਇਆ, ਬੇਨਤੀ ਕੀਤੀ, ਹਜ਼ੂਰ ਅਸੀਂ ਨਗਰ ਦੇ ਚੌਧਰੀ ਹਾਂ ਪਰ ਤੁਹਾਡੀ ਸਿੱਖੀ ਕਮਾਉਣੀ ਚਾਹੁੰਦੇ ਹਾਂ। ਸਾਹਿਬ ਨੇ ਬਚਨ ਕੀਤਾ ਹੈ ਝੂਠ ਨਾ ਬੋਲਿਆ ਕਰੋ। ਜਵਾਬ ਦਿੱਤਾ ਮਹਾਰਾਜ, ਝੂਠ ਤੋਂ ਬਿਨਾਂ ਕਾਰ ਵਿਵਹਾਰ ਚੱਲਦਾ ਹੀ ਨਹੀਂ, ਕਿਉਂਕਿ ਚੌਧਰਪੁਣਾ ਕਰਦੇ ਹਾਂ, ਕਿਸੇ ਦੇ ਪਰਦੇ ਢੱਕਣੇ ਪੈਂਦੇ ਨੇ ਝੂਠ ਬੋਲ ਕੇ, ਕਿਸੇ ਦੇ ਪਰਦੇ ਚੁੱਕਣੇ ਪੈਂਦੇ ਨੇ ਝੂਠ ਬੋਲ ਕੇ। ਚੌਧਰਪੁਣਾ ਜਿਹੜਾ ਹੈ ਇਹ ਝੂਠ ਦੇ ਆਸਰੇ 'ਤੇ ਹੀ ਖੜ੍ਹਦਾ ਹੈ। ਸੋ ਇਸ ਕਰਕੇ ਮਹਾਰਾਜ ਇਹ ਛੱਡਣਾ ਬੜਾ ਔਖਾ ਹੈ, ਪਰ ਇਹ ਵੀ ਸੱਚ ਹੈ ਜੇ ਝੂਠ ਛੱਡਾਂਗੇ ਨਹੀਂ ਤਾਂ ਤੁਹਾਡੀ ਸਿੱਖੀ ਪ੍ਰਾਪਤ ਨਹੀਂ ਹੋਏਗੀ, ਪਰ ਮਹਾਰਾਜ ਕੋਈ ਤਰੀਕਾ ਦੱਸੋ। ਸੋ ਸਾਹਿਬ ਨੇ ਰਹਿਮਤ ਦੇ ਘਰ 'ਚ ਆਸੀਸ ਬਖਸ਼ਦਿਆਂ ਮਾਰਗ ਦਿੱਤਾ, ਆਪਣੇ ਨਗਰ 'ਚ ਧਰਮਸ਼ਾਲਾ ਬਣਵਾਓ ਅਤੇ ਸਵੇਰੇ ਸ਼ਾਮ ਵੀ ਭਲੇ ਕੰਮ ਕਰੋ, ਜੋ ਮੰਦੇ ਕਰੋ, ਬੜੀ ਇਮਾਨਦਾਰੀ ਨਾਲ ਧਰਮਸ਼ਾਲਾ ਵਿੱਚ ਜਾ ਕਰਕੇ ਲਿਖਵਾਉਣੇ ਨੇ ਸਾਰਿਆਂ ਦੇ ਸਾਹਮਣੇ। ਫਿਰ ਸਮੇਂ ਸਮੇਂ 'ਤੇ ਸਾਡੇ ਕੋਲ ਆਉਣਾ, ਤਿਉਹਾਰ ਵਾਲੇ ਦਿਨ ਮੱਸਿਆ ਸੰਗਰਾਂਦ 'ਤੇ, ਅਤੇ ਉਹ ਕਾਪੀ ਜਿਹੜੀ ਹੈ ਉਹ ਕਾਗਜ਼ ਜਿਹੜਾ ਉਹ ਸਾਡੇ ਕੋਲ ਲਿਆਉਣਾ ਅਤੇ ਲਿਆ ਕਰਕੇ ਸਾਨੂੰ ਦੱਸਣਾ ਹੈ। ਸੋ ਬੜੀ ਇਮਾਨਦਾਰੀ ਨਾਲ ਰੋਜ਼ਾਨਾ ਸ਼ਾਮ ਨੂੰ ਧਰਮਸ਼ਾਲਾ ਜਾਂਦੇ ਨੇ ਅਤੇ ਸਾਰੇ ਦਿਨ ਦੇ ਵਿੱਚ ਜੋ ਝੂਠ ਬੋਲਿਆ, ਜੋ ਮੰਦਾ ਕਰਮ ਕੀਤਾ ਇਮਾਨਦਾਰੀ ਨਾਲ ਲਿਖਵਾ ਦਿੰਦੇ ਨੇ। ਲਿਖਾਉਂਦਿਆਂ ਵੀ ਸ਼ਰਮ ਆਉਂਦੀ ਹੈ ਕਿਉਂਕਿ ਹੋਰ ਸਰੀਰ ਬੈਠੇ ਨੇ। ਸੋ ਇੰਝ ਸਮੇਂ ਸਮੇਂ 'ਤੇ ਗੁਰੂ ਸਾਹਿਬ ਦੇ ਕੋਲ ਆਉਂਦੇ ਨੇ, ਆਪਣੀ ਕਾਪੀ ਜਿਹੜੀ ਸਤਿਗੁਰਾਂ ਦੇ ਸਾਹਮਣੇ ਰੱਖਦੇ ਨੇ, ਸਾਰਿਆਂ ਦੇ ਸਾਹਮਣੇ ਪੜ੍ਹ ਕੇ ਸੁਣਾਈ ਜਾਂਦੀ। ਬੜੀ ਸ਼ਰਮ ਆਉਂਦੀ ਕਿ ਅਸੀਂ ਆਹ ਕੁਝ ਜ਼ਿੰਦਗੀ ਵਿੱਚ ਕਰ ਰਹੇ ਹਾਂ। ਸੋ ਸਹਿਜੇ ਸਹਿਜੇ ਇਸ ਝੂਠ ਵਾਲੇ ਦੁੱਖ ਤੋਂ ਛੁਟਕਾਰਾ ਹੋਇਆ, ਗੁਰੂ ਕੀ ਆਸੀਸ ਪ੍ਰਾਪਤ ਹੋਈ। ਇੰਝ ਹੀ ਭਾਈ ਪੈੜਾ, ਭਾਈ ਦੁਰਗਾ, ਉਹਨਾਂ ਵੀ ਬੇਨਤੀ ਕੀਤੀ ਮਹਾਰਾਜ ਕੋਈ ਸੱਚ ਦਾ ਮਾਰਗ ਦਿਓ, ਤਾਂ ਸਾਹਿਬ ਜੀ ਨੇ ਜੋ ਉਹਨਾਂ ਨੂੰ ਉਪਦੇਸ਼ ਪ੍ਰਾਰੰਭ ਕੀਤਾ, ਸਿੱਖੀ ਕਮਾਓ, ਘਰ ਦੇ ਵਿੱਚ ਕੋਈ ਅਤਿਥੀ ਆਵੇ, ਕੋਈ ਗਰੀਬ ਆਵੇ, ਕੋਈ ਭੁੱਖਾ ਨੰਗਾ ਆਵੇ, ਯਥਾ ਸ਼ਕਤ ਉਹਦੀ ਸੇਵਾ ਕਰੋ, ਨਾਮ ਜਪੋ, ਬਾਣੀ ਪੜ੍ਹੋ, ਸਿਮਰਨ ਅਭਿਆਸ ਕਰੋ, ਅਕਾਲ ਪੁਰਖ ਤੁਹਾਡੇ 'ਤੇ ਰਹਿਮਤ ਕਰੇਗਾ। ਸਵਿੰਜ ਇੱਥੋਂ ਤੱਕ ਆਪਾਂ ਕੱਲ੍ਹ ਦੇ ਪ੍ਰਸੰਗ ਸਰਵਣ ਕੀਤੇ ਨੇ। ਸੋ ਆਓ ਜਿਤਨੇ ਜੁੜ ਬੈਠੇ ਹੋ ਅਗਲੇ ਪਾਵਨ ਇਤਿਹਾਸ ਦੀ ਲੜੀ ਨਾਲ ਜੁੜੀਏ। ਅਰਦਾਸ ਕਰੀਏ, ਮਾਲਕ ਸਤਿਗੁਰੂ ਤਰਸ ਕਰਿਓ, ਆਪ ਜੀ ਦੇ ਜੀਵ ਹਾਂ, ਬੇਸ਼ੱਕ ਕਲਯੁਗੀ ਹਾਂ, ਤਰਸ ਕਰਿਓ, ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦਿਓ, ਕੁਝ ਕਹਿਣ ਸੁਣਨ ਦੀ ਸੋਝੀ ਸਮਰੱਥਾ ਦਿਓ। ਜਿਤਨੇ ਜੁੜ ਬੈਠੇ ਹੋ ਇੱਕ ਦਫ਼ਾ ਉਚਾਰਨ ਕਰੋ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ। ਬਚਨ ਕਹਿਓ ਸ੍ਰੀ ਨਾਨਕ ਧੀਰ। ਇਸ ਤਰ੍ਹਾਂ ਧੰਨ ਗਰੀਬ ਨਿਵਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬੜੇ ਧੀਰਜਤਾ ਵਾਲੇ ਬਚਨ ਭਾਈ ਦੁਰਗਾ ਤੇ ਭਾਈ ਪੈੜਾ ਨੂੰ ਸਮਝਾਉਂਦਿਆਂ ਕਹੇ ਹਨ। ਪੁੰਨ ਦਾਨ ਕਾ ਕਰੈ ਸਰੀਰ, ਕਿ ਗ੍ਰਿਸਤੀ ਜਿਹੜਾ ਹੈ ਉਹ ਆਪਣੇ ਜੀਵਨ ਕਾਲ ਦੇ ਦਰਮਿਆਨ ਜਿੱਥੇ ਇਹ ਮਨੁੱਖਾ ਸਰੀਰ ਪੰਜ ਤੱਤਾਂ ਦਾ ਹੈ, ਉੱਥੇ ਇਸ ਮਨੁੱਖਾ ਜਨਮ ਮਨੁੱਖਾ ਦੇਹੀ ਵਿੱਚ ਰਹਿ ਕਰਕੇ ਪੁੰਨ ਅਤੇ ਦਾਨ ਰੂਪੀ ਸਰੀਰ ਧਾਰਨ ਕਰਨਾ ਕਰੇ।
गिरही के गंगा नीर अते गिरही गंगा का नीर गृहस्थी जड़ा है उदा जीवन जिमें गंगा जल नू बड़ा पाक पवित्र बड़ा साफ मन्या इस तरह साहब कहिंदे गृहस्थी का जीवन जड़ा है वह दान पुन करदिया होया राग द्वैष ईरखा पापा आदिक तो रहत होवे बड़ा निर्मल बड़ा स्वच्छ होवे धर्म गृहस्थ को दान गहीर ते गृहस्थी का सारिया तो वड्डा धर्म जड़ा है जिथे गृहस्थ धर्म बड़ा महान है उत्थे गृहस्थ धर्म दे विच सारिया तो वड्डा धर्म जड़ा है वह दान करना वह पुन करना वह समाज वह संसार की सेवा करना है ज्यों क्यों कर निर्दिन रैन मजारा इस तरह साहिब जी ने हुक्म किया सतगुरां दा हुक्म पा करके अपने घर नूं जांदे ने सो जा करके जिवें जिवें सतगुरां ने समझाया दसिया दिन रात उस कार्ज दे विच जुट गए हन वस्त्र नगन को छुदत आहारा की करदे ने कोई वस्त्र नगन को जिस दे तन उते वस्त्र नहीं उनू वस्त्र देंदे ने कपड़ा देंदे ने वस्त्र नगन को जिस दे तन उते वस्त्र नहीं ਉਹਨੂੰ ਵਸਤਰ ਦਿੰਦੇ ਨੇ ਕੱਪੜਾ ਦਿੰਦੇ ਨੇ ਛੁੱਧਤ ਆਹਾਰਾ ਜਿਹੜਾ ਭੁੱਖਾ ਹੈ ਉਹਨੂੰ ਯਥਾਸ਼ਕਤ ਭੋਜਨ ਪ੍ਰਸ਼ਾਦਾ ਛਕਾਉਂਦੇ ਹਨ ਹੁਣ ਅਪਰ ਬਹੁ ਵਿਦ ਕੇ ਅਹ ਅਤੇ ਹੋਰ ਵੀ ਕਈ ਪ੍ਰਕਾਰ ਦੇ ਪੁੰਨ ਹਨ ਜੋ ਸਤਿਗੁਰਾਂ ਨੇ ਇਹਨਾਂ ਨੂੰ ਸਮਝਾਇਆ ਕਿ ਬੜੇ ਪੁੰਨ ਨੇ ਸੰਸਾਰ ਦੇ ਉੱਤੇ ਬਾਣੀ ਅੰਦਰ ਵੀ ਸਾਹਿਬ ਨੇ ਕਿਹਾ ਸਹਿਜਾ ਨਾਰੀ ਭੂਮ ਦਾਨ ਸੰਸਾਰ ਤੇ ਮਨੁੱਖਾਂ ਨੇ ਆਪਣੀਆਂ ਇਸਤਰੀਆਂ ਜਿਹੜੀਆਂ ਕਿਸੇ ਨੇ ਘੋੜੇ ਦਾਨ ਕੀਤੇ ਕਿਸੇ ਨੇ ਸ਼ਿੰਗਾਰ ਕੇ ਹਾਥੀ ਦਾਨ ਕੀਤੇ ਪਰ ਇਹਨਾਂ ਸਾਰਿਆਂ ਦਾਨਾਂ ਦੇ ਵਿੱਚੋਂ ਜਿਹੜਾ ਮਹਾਂਦਾਨ ਹੈ ਉਹ ਸਭ ਕਹਿੰਦੇ ਗ੍ਰਿਸ਼ਤੀ ਦੇ ਵਾਸਤੇ ਦਾਨ ਪੁੰਨ ਕਰਨਾ ਭੁੱਖੇ ਨੰਗੇ ਦੀ ਸੇਵਾ ਕਰਨਾ ਹੈ ਸਮਤਾ ਇਸ ਕੀ ਲਹਿ ਜਿਤਨੇ ਵੀ ਦੁਨੀਆਂ ਦੇ ਉੱਤੇ ਦਾਨ ਹਨ ਉਹ ਬੇਸ਼ੱਕ ਮਹਾਨ ਨੇ ਬੜੇ ਮਹੱਤਤਾ ਦੇ ਨਾਲ ਭਰੇ ਨੇ ਪਰ ਸਭ ਕਹਿੰਦੇ ਫਿਰ ਵੀ ਉਹ ਸਾਰੇ ਦਾਨ ਇਸ ਦਾਨ ਦੀ ਬਰਾਬਰੀ ਨਹੀਂ ਕਰ ਸਕਦੇ ਦਾਨ ਸ਼ਾਂਤ ਕੀ ਇਹ ਸੁਖਦਾਈ ਇਸ ਦਾਨ ਨੂੰ ਸ਼ਾਂਤ ਕੀ ਦਾਨ ਕਹਿੰਦੇ ਨੇ ਸਭ ਸਮਝਾ ਰਹੇ ਨੇ ਕਿ ਇਹ ਜਿਹੜਾ ਦਾਨ ਕਰਨਾ ਭੁੱਖੇ ਨੂੰ ਭੋਜਨ ਦੇਣਾ ਨਗਨ ਨੂੰ ਵਸਤਰ ਦੇਣੇ ਇਹ ਸ਼ਾਂਤ ਕੀ ਦਾਨ ਅਖਵਾਉਂਦਾ ਇਹਨੂੰ ਕਰਨ ਦੇ ਨਾਲ ਆਪਣੇ ਆਪ ਦੇ ਅੰਦਰ ਇੱਕ ਸ਼ਾਂਤੀ ਪ੍ਰਾਪਤ ਹੁੰਦੀ ਹੈ ਭਗਤ ਉਪਾਵਹਿ ਕਸ਼ਟ ਮਿਟਾਈ ਅਤੇ ਇਹ ਜਿਹੜਾ ਦਾਨ ਹੈ ਇਹ ਭਗਤ ਉਪਾਵਹਿ ਇਹ ਮਨੁੱਖ ਦੇ ਅੰਦਰ ਭਗਤੀ ਪੈਦਾ ਕਰਦਾ ਅਤੇ ਜਦੋਂ ਭਗਤੀ ਪੈਦਾ ਹੁੰਦੀ ਫਿਰ ਭਗਤੀ ਨਾਲ ਜੁੜਦਾ ਅਤੇ ਫਿਰ ਕਸ਼ਟ ਮਿਟਾਏ ਉਹਦੇ ਅੰਦਰੋਂ ਸਾਰੇ ਦੁੱਖ ਦਲਿੱਦਰ ਪਾਪ ਕਸ਼ਟ ਆਦਿਕ ਜਿਹੜੇ ਹਨ ਸੋ ਮਿਟ ਜਾਂਦੇ ਹਨ ਇਹ ਦਾਨ ਮਿਟਾ ਦਿੰਦਾ ਹੈ ਇਮ ਸਤਿਗੁਰ ਉਚਰਿਓ ਉਪਦੇਸ਼ ਇੰਜ ਮੇਰੇ ਗਰੀਬ ਨਵਾਜ ਸਾਹਿਬ ਨੇ ਇਸ ਭਾਈ ਦੁਰਗਾ ਅਤੇ ਪੈੜਾ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿ ਇੰਜ ਘਰੇ ਜਾ ਕਰਕੇ ਸਿੱਖੀ ਨੂੰ ਕਮਾਉਂਦਿਆਂ ਨਾਲ ਨਾਲ ਤੁਸੀਂ ਇਹ ਸਾਰੇ ਭਲੇ ਕਰਮ ਕਰਨਾ ਕਰੋ ਪੈੜੇ ਦੁਰਗੇ ਸੁਣਿਓ ਅਸੀਸ ਇਹਨਾਂ ਨੇ ਬੜਾ ਧਿਆਨ ਦੇ ਕਰਕੇ ਸਤਿਗੁਰਾਂ ਦਾ ਇਹ ਪਾਵਨ ਬਚਨ ਜਿਹੜਾ ਉਹ ਸੁਣਿਆ ਹੈ ਕਿਉਂਕਿ ਜਿੰਨਾ ਚਿਰ ਕਿਸੇ ਬਚਨ ਨੂੰ ਧਿਆਨ ਦੇ ਕਰਕੇ ਸੁਣਾਂਗੇ ਨਹੀਂ ਉਨਾਂ ਚਿਰ ਸ਼ਾਇਦ ਉਹਨੂੰ ਕਮਾਉਣ ਦੀ ਸਮਰੱਥਾ ਜਾਂ ਉਹਨੂੰ ਕਮਾਉਣ ਦੀ ਸੋਝੀ ਜਾਂ ਖਿਆਲ ਜਾਂ ਉਹ ਯਾਦ ਸਾਡੇ ਅੰਦਰ ਨਹੀਂ ਬਣੇਗੀ ਸੋ ਬੜੇ ਧਿਆਨ ਨਾਲ ਗੁਰੂ ਕਾ ਬਚਨ ਇਹਨਾਂ ਸਰਵਣ ਕੀਤਾ ਬੰਧਨ ਕੀਨ ਸਦਨ ਕੋ ਗਏ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ ਤੇ ਦੋਵੇਂ ਆਪਣੇ ਨਗਰ ਆਪਣੇ ਸਦਨ ਆਪਣੇ ਘਰ ਨੂੰ ਤੁਰ ਪਏ ਹਨ ਗੁਰ ਕੋ ਕਹਿਓ ਕਮਾਵਤ ਪਏ ਹੁਣ ਇਹ ਨਹੀਂ ਕਿ ਸਾਡੇ ਤਰ੍ਹਾਂ ਜਿੰਨਾ ਚਿਰ ਬੈਠੇ ਉਨਾ ਚਿਰ ਸੁਣ ਲਿਆ ਇਧਰੋਂ ਪਾ ਕੇ ਇਧਰੋਂ ਕੱਢ ਲਿਆ ਗਏ ਨੇ ਜਾ ਕਰਕੇ ਜੋ ਸਤਿਗੁਰਾਂ ਦਾ ਬਚਨ ਸੀ ਉਹਨੂੰ ਯਥਾਸ਼ਕਤ ਆਪਣੀ ਸਮਰੱਥਾ ਅਨੁਸਾਰ ਕਮਾਉਣ ਲੱਗੇ ਹਨ ਉਸ ਬਚਨ ਨੂੰ ਪ੍ਰੈਕਟੀਕਲੀ ਰੂਪ ਜਿਹੜਾ ਉਹ ਦੇਣ ਲੱਗੇ ਹਨ ਬਹੁ ਸਿੱਖ ਆਵੈ ਦੇਹ ਆਹਾਰ ਹੁਣ ਇੱਕ ਦੋ ਚਾਰ ਦਸ ਸਰੀਰ ਨਹੀਂ ਇਹਨਾਂ ਦੇ ਘਰ ਵਿੱਚ ਆਉਂਦੇ ਬਹੁ ਸਿੱਖ ਆਵੈ ਬਹੁਤ ਸਿੱਖ ਇਹਨਾਂ ਦੇ ਘਰ ਆਉਂਦੇ ਨੇ ਕੋਈ ਲੰਘਦੇ ਰਾਹੀ ਆ ਜਾਂਦੇ ਨੇ ਕੋਈ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਰੁਕ ਜਾਂਦੀਆਂ ਨੇ ਪਰ ਇਹ ਸਾਰਿਆਂ ਨੂੰ ਯਥਾਸ਼ਕਤ ਭੋਜਨ ਛਕਾਉਂਦੇ ਹਨ ਸਾਦਰ ਕਹਿ ਪਉ ਬੜ ਧਾਰਾ ਅਤੇ ਕੇਵਲ ਭੋਜਨ ਹੀ ਨਹੀਂ ਛਕਾਉਂਦੇ
ਨਾਲ ਸਾਦਰ ਕਹੈ, ਬੜੇ ਸਤਿਕਾਰ ਦੇ ਨਾਲ, ਬੜੇ ਪਿਆਰ ਦੇ ਨਾਲ ਮਿੱਠੇ ਬਚਨ ਵੀ ਬੋਲਦੇ ਨੇ ਅਤੇ ਭਾਉ ਵੱਡ ਤਾਰਾ ਬੜਾ ਪ੍ਰੇਮ ਵੀ ਕਰਦੇ ਨੇ। ਕਿਉਂਕਿ ਇੱਕ ਪੱਖ ਇਹ ਜ਼ਰੂਰ ਸਮਝਿਓ, ਕਈ ਦਫ਼ਾ ਅਸੀਂ ਪ੍ਰਸ਼ਾਦੇ ਨਾਲ ਸੇਵਾ ਬਹੁਤ ਕਰਦੇ ਹਾਂ, ਸੰਸਾਰ ਦੀ ਵੀ ਕਰਦੇ ਹਾਂ, ਸੰਗਤ ਦੀ ਵੀ ਭੋਜਨ ਪ੍ਰਸ਼ਾਦੇ ਨਾਲ ਸੇਵਾ ਕਰਦੇ ਹਾਂ, ਪਰ ਮਾਫ਼ ਕਰਿਓ, ਸਾਡੀ ਜਿਹੜੀ ਭਾਸ਼ਾ ਹੁੰਦੀ ਹੈ, ਸਾਡੀ ਜਿਹੜੀ ਜ਼ਬਾਨ ਹੁੰਦੀ, ਸਾਡਾ ਜਿਹੜਾ ਵਰਤਾਰਾ ਹੁੰਦਾ ਉਸ ਸਾਹਮਣੇ ਮਨੁੱਖ ਦੇ ਨਾਲ, ਉਹ ਕਈ ਦਫ਼ਾ ਬਹੁਤ ਜ਼ਿਆਦਾ ਗਿਰਿਆ ਹੁੰਦਾ। ਭਾਵ ਕਹਿਣ ਦਾ, ਸਾਡੀ ਭਾਸ਼ਾ, ਸਾਡੀ ਸ਼ਬਦਾਵਲੀ ਸਹੀ ਨਹੀਂ ਹੁੰਦੀ। ਅਸੀਂ ਸਾਰਾ ਕੁਛ ਕਰਦਿਆਂ ਹੋਇਆਂ ਵੀ ਇੰਨੇ ਮਾੜੇ ਸ਼ਬਦ ਜਾਂ ਇੰਨੇ ਅਪਮਾਨਜਨਕ ਜਾਂ ਗੁੱਸੇ ਵਾਲੇ ਸ਼ਬਦ ਅਗਲੇ ਦੇ ਪ੍ਰਤੀ ਵਰਤਦੇ ਹਾਂ। ਸੋ ਇਹ ਸਾਰਿਆਂ ਨੂੰ ਬੜਾ ਸਨਮਾਨ, ਬੜਾ ਪ੍ਰੇਮ ਦਿੰਦੇ ਅਤੇ ਬੜੇ ਪਿਆਰ ਵਾਲੇ, ਸ਼ਰਧਾ ਵਾਲੇ ਸ਼ਬਦ ਸਾਰਿਆਂ ਨਾਲ ਵਰਤਦੇ ਹਨ। ਇਸ ਤਰ੍ਹਾਂ ਇਸ ਸੇਵਾ ਨੂੰ ਨਿਭਾਉਂਦਿਆਂ ਨਿਭਾਉਂਦਿਆਂ ਕਈ ਦਿਨ ਜਿਹੜੇ ਸਨ ਬਤੀਤ ਹੋ ਗਏ ਹਨ। ਪੂਰਬ ਦਿਵਸ ਗੁਰ ਜਾਏ ਨਿਹਰਤੇ, ਤੇ ਪੂਰਬ ਵਾਲੇ ਦਿਨ, ਭਾਵ ਕੋਈ ਗੁਰੂ ਕੇ ਪੁਰਬ ਆ ਜਾਣੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਆਉਣੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਜਾਂ ਜੋਤੀ ਜੋਤ ਦਿਵਸ ਆਉਣੇ, ਸੋ ਇਹ ਪੁਰਬ ਵਾਲੇ ਦਿਨ ਜਾਂ ਕੋਈ ਮੱਸਿਆ, ਕੋਈ ਸੰਗਰਾਂਦ ਆਦਿਕ ਪੁਰਬ ਵਾਲੇ ਦਿਨ ਆਉਣੇ, ਤਾਂ ਇਹਨਾਂ ਨੇ ਸਮੇਂ 'ਚੋਂ ਸਮਾਂ ਕੱਢ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਹਾਜ਼ਰ ਹੋਣਾ ਤੇ ਸਾਹਿਬ ਦੇ ਦੀਦਾਰ ਕਰਨੇ। ਖਰਚ ਬੜੋ ਕਰ ਆਮਦ ਥੋਰੀ, ਹੁਣ ਕੀ ਸੀ, ਘਰ ਦੀ ਜਿਹੜੀ ਆਮਦਨ ਸੀ ਉਹ ਬਹੁਤ ਥੋੜ੍ਹੀ ਸੀ ਅਤੇ ਖਰਚ ਬਹੁਤ ਵੱਡਾ ਸੀ। ਪਹਿਲਾਂ ਤਾਂ ਪਰਿਵਾਰਕ ਖਰਚ ਵੱਡਾ ਸੀ, ਫਿਰ ਜਦੋਂ ਲੰਗਰ ਦੇ ਪ੍ਰਵਾਹ ਚਲਾ ਦਿੱਤੇ, ਰੋਜ਼ਾਨਾ ਕਈ ਕਈ ਸਿੱਖ ਘਰੇ ਆ ਕੇ ਪ੍ਰਸ਼ਾਦਾ ਛਕਦੇ ਨੇ, ਉਹਦੇ ਨਾਲ ਖਰਚਾ ਵੱਧ ਗਿਆ ਅਤੇ ਆਮਦਨ ਘੱਟ ਗਈ ਹੈ। ਜਾਂ ਤੇ ਕੱਢਿਓ ਕਰਜ ਧਨ ਓਰੀ, ਕੀ ਕੀਤਾ ਹੈ ਕਿ ਇਹ ਲੰਗਰ ਦਾ ਪ੍ਰਵਾਹ ਨਹੀਂ ਰੁਕਣਾ ਚਾਹੀਦਾ, ਭਾਵ ਜੋ ਸਤਿਗੁਰਾਂ ਨੇ ਡਿਊਟੀ ਲਾਈ ਹੈ ਉਹ ਡਿਊਟੀ ਨਿਭਾ ਜਾਈਏ ਕਿਸੇ ਤਰ੍ਹਾਂ। ਕਿਉਂਕਿ ਬੇਨਤੀ ਕਰਾਂ, ਜੇ ਕਿਤੇ ਇਸ ਤਰ੍ਹਾਂ ਦਾ ਸਮਾਂ ਗੁਰੂ ਬਖਸ਼ਦਾ ਤਾਂ ਉਹਨੂੰ ਇਹ ਨਾ ਕਦੀ ਵੀ ਜ਼ਿੰਦਗੀ 'ਚ ਸਮਝੀਏ ਕਿ ਮੈਂ ਇੰਝ ਕਰ ਰਿਹਾ ਜਾਂ ਮੈਂ ਲੰਗਰ ਚਲਾ ਦਿੱਤਾ ਜਾਂ ਮੈਂ ਇਹ ਕਰ ਦਿੱਤਾ। ਨਹੀਂ, ਉਹ ਮਾਲਕ ਨੇ ਡਿਊਟੀ ਲਾਈ ਅਤੇ ਅਸੀਂ ਉਸ ਡਿਊਟੀ ਨੂੰ ਨਿਭਾ ਜਾਈਏ, ਇਹਦੇ ਵਾਸਤੇ ਗੁਰੂ ਅੱਗੇ ਅਰਦਾਸ ਕਰੀਏ ਅਤੇ ਜੇ ਨਿਭ ਜਾਵੇ ਤਾਂ ਗੁਰੂ ਅੱਗੇ ਸ਼ੁਕਰਾਨਾ ਕਰ ਦਈਏ। ਸੋ ਇਸ ਤਰ੍ਹਾਂ ਸਮਝਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਡਿਊਟੀ ਲਾਈ ਹੈ, ਜਿਵੇਂ ਕਿਵੇਂ ਹੋ ਸਕੇ ਇਹਨੂੰ ਨਿਭਾ ਲਈਏ। ਸੋ ਹੁਣ ਜਦੋਂ ਦੇਖਿਆ ਕਿ ਧਨ ਦੀ ਕਮੀ ਆਉਣ ਲੱਗੀ ਤਾਂ ਕਰਜ਼ਾ ਚੁੱਕ ਲਿਆ, ਵਿਆਹ ਲਿਆ, ਵਿਆਜ ਤੇ ਪੈਸਾ ਜਿਹੜਾ ਉਹ ਫੜ ਲਿਆ ਹੈ। ਇੱਕ ਦਿਨ ਬਹੁ ਸੰਗਤ ਚਲ ਆਈ, ਇੱਕ ਦਿਨ ਕੀ ਹੋਇਆ, ਅਚਾਨਕ ਬਹੁਤ ਸੰਗਤ ਗੁਰੂ ਕੇ ਕੁਛ ਘਰ ਮੈਂ ਦੇ ਜੋ ਖੁਆਈ, ਤੇ ਹੁਣ ਜਿਹੜਾ ਕਰਜ਼ੇ ਤੇ ਧਨ ਲਿਆ ਸੀ ਉਹਦੇ ਨਾਲ ਰੋਜ਼ਾਨਾ ਲੰਘਦੀ ਸੰਗਤ ਨੂੰ ਪ੍ਰਸ਼ਾਦਾ ਛਕਾਉਣਾ ਉਹ ਵੀ ਮੁੱਕ ਗਿਆ ਧੰਨ। ਹੁਣ ਅੱਜ ਜਦੋਂ ਅਚਾਨਕ ਬਹੁਤ ਸੰਗਤ ਆ ਗਈ ਤਾਂ ਘਰ ਦੇ ਵਿੱਚ ਕੋਈ ਪਦਾਰਥ ਐਸਾ ਨਹੀਂ ਦਿਸ ਰਿਹਾ ਜਿਹੜਾ ਸੰਗਤ ਦੇ ਵਾਸਤੇ ਤਿਆਰ ਕਰ ਲੈਣ। ਦਿਓ ਨਾ ਕਰਜ ਬਨਕ ਨੇ ਜਬੈ, ਜਦੋਂ ਬਨਕ ਦੇ ਕੋਲ ਬਾਣੀਏ ਕੋਲ ਗਏ, ਜਾ ਕੇ ਕਿਹਾ ਭਾਈ ਥੋੜ੍ਹੀ ਮਾਇਆ ਦੇ, ਅਸੀਂ ਲੰਗਰ ਤਿਆਰ ਕਰਕੇ ਗੁਰੂ ਕਿਆ ਸਿੱਖਾਂ ਸੰਗਤਾਂ ਨੂੰ ਛਕਾਉਣਾ, ਉਹਨੇ ਕੋਰਾ ਜਵਾਬ ਦੇ ਦਿੱਤਾ ਕਿ ਪਹਿਲਾਂ ਵੀ ਤੁਸੀਂ ਮਾਇਆ ਲੈ ਕੇ ਗਏ, ਹਾਲੇ ਤੱਕ ਉਹ ਤਾਂ ਤੁਸੀਂ ਮੋੜੀ ਨਹੀਂ, ਅਤੇ ਹੋਰ ਕਰਜ਼ਾ ਮੈਂ ਤੁਹਾਨੂੰ ਕਿਵੇਂ ਦੇ ਦੇਵਾਂ। ਸੋ ਇਸ ਤਰ੍ਹਾਂ ਉਸ ਬਨਕ ਨੇ ਕਰਜ਼ਾ ਦੇਣ ਤੋਂ ਮਨ੍ਹਾ ਕਰ ਦਿੱਤਾ। ਕੁਛ ਬਿਪੂਖਣ ਤ੍ਰੇ ਕੇ ਤਬੈ, ਘਰੇ ਆ ਕੇ ਨਿਗਾਹ ਮਾਰੀ ਇੱਕ ਨੇ, ਘਰ ਦੇ ਵਿੱਚ ਕੀ ਦੇਖਿਆ, ਇਸਤਰੀ ਦੇ ਕੁਛ ਕੁ ਬਿਪੂਖਣ, ਬਹੁਤ ਜ਼ਿਆਦਾ ਨਹੀਂ, ਕੁਛ ਕੁ ਗਹਿਣੇ ਜਿਹੜੇ ਸਨ ਸੋਨੇ ਦੇ ਘਰੇ ਪਏ ਹੋਏ ਹਨ। ਵੇਚ ਤਾਹੇ ਕੋ ਅਸਨ ਬਣਾਵਾ, ਸੋ ਜਾ ਕਰਕੇ ਉਹ ਗਹਿਣੇ ਜਿਹੜੇ ਸਨ ਧਰਮ ਪਤਨੀ ਦੇ ਉਹ ਵੇਚੇ ਨੇ, ਅਤੇ ਉਹਦੇ ਨਾਲ ਜਿਹੜੀ ਮਾਇਆ ਜਿਹੜਾ ਧਨ ਆਇਆ ਸੋ ਲਿਆ ਕਰਕੇ ਭੋਜਨ ਤਿਆਰ ਕਰਦੇ ਹਨ। ਸਭ ਸੰਗਤ ਕੋ ਘਰ ਅਚਵਾਵਾ, ਤੇ ਸਾਰੀ ਸੰਗਤ ਨੂੰ ਆਪਣੇ ਘਰ ਦੇ ਵਿੱਚ ਅਚਵਾਵਾ, ਬੜੀ ਸ਼ਰਧਾ ਦੇ ਨਾਲ, ਬੜੀ ਅੰਦਰ ਦੀ ਨਿਰਮਾਣਤਾ ਨਾਲ, ਭਾਵਨਾ ਦੇ ਨਾਲ ਪ੍ਰਸ਼ਾਦਾ ਛਕਾਇਆ। ਅਗਲੇ ਦਿਵਸ ਹੇਤ ਨਾ ਰਹਿਓ, ਹੁਣ ਅੱਜ ਗਹਿਣੇ ਵੇਚ ਕੇ ਜਿਤਨਾ ਕੁ ਧਨ ਆਇਆ ਉਹਦੇ ਨਾਲ ਅੱਜ ਦਾ ਲੰਗਰ ਬਣ ਗਿਆ। ਹੁਣ ਅਗਲਾ ਦਿਨ ਚੜ੍ਹਦਾ ਅਤੇ ਅਗਲੇ ਦਿਨ ਦੇ ਵਾਸਤੇ ਇੱਕ ਰੁਪਈਆ ਵੀ ਕੋਲ ਨਹੀਂ ਜਿਸ ਦੇ ਨਾਲ ਕੋਈ ਰਾਸ਼ਨ ਲਿਆ ਕੇ ਪਰਤ ਕੇ ਸੰਗਤ ਦਾ ਫਿਰ ਲੰਗਰ ਤਿਆਰ ਹੋ ਸਕੇ। ਨਹ ਉਰ ਡੋਲੇ ਧੀਰਜ ਲਹਿਓ, ਪਰ ਕਮਾਲ ਹੈ, ਹਿਰਦੇ ਵਿੱਚ ਡੋਲੇ ਨਹੀਂ, ਧੀਰਜ ਰੱਖਿਆ। ਕਿਉਂਕਿ ਜਿਸ ਗੁਰੂ ਦਾ ਆਸਰਾ ਲੈ ਕਰਕੇ ਇਸ ਮਾਰਗ 'ਤੇ ਚੱਲੇ ਨੇ, ਜਿਸ ਕਾਰਜ ਦੀ ਆਰੰਭਤਾ ਕੀਤੀ ਹੈ,
ਪਤਾ ਉਹ ਗੁਰੂ ਬੜਾ ਸਮਰੱਥ ਹੈ, ਉਹ ਸਰਬ ਕਲਾ ਸਮਰੱਥ ਹੈ, ਉਹ ਸਰਬ ਸ਼ਕਤੀਮਾਨ ਹੈ, ਡੋਲਦੇ ਨਹੀਂ। ਸੋ ਬੇਨਤੀ ਕਰਾਂ ਸਿੱਖ ਦੇ ਅੰਦਰ ਪੂਰਨ ਸਿੱਧਕ ਭਰੋਸਾ ਹੋਵੇ ਤਾਂ ਸਿੱਖ ਕਦੀ ਡੋਲੇ ਨਾ। ਅਰਦਾਸ ਦੇ ਵਿੱਚ ਵੀ ਅਸੀਂ ਜਿੱਥੇ ਭਰੋਸਾ ਸਿੱਧਕ ਆਦਿਕ ਦਾਨ ਮੰਗਦੇ ਹਾਂ ਉੱਥੇ ਅਰਦਾਸ ਦੇ ਨਾਲ ਨਾਲ ਇਹਨੂੰ ਪ੍ਰੈਕਟੀਕਲੀ ਤੌਰ 'ਤੇ ਵੀ ਕਰੀਏ ਕਿ ਅਸੀਂ ਗੁਰੂ ਤੋਂ ਮੰਗ ਰਹੇ ਹਾਂ, ਕੀ ਪਤਾ ਗੁਰੂ ਨੇ ਸਾਨੂੰ ਦੇ ਵੀ ਦਿੱਤਾ ਹੋਵੇ ਪਰ ਅਸੀਂ ਅੱਜ ਤੱਕ ਪਰਖ ਕੇ ਨਹੀਂ ਵੇਖਿਆ ਸਾਡੇ 'ਚ ਸਿੱਧਕ ਭਰੋਸਾ ਹੈ ਕਿ ਨਹੀਂ। ਸੋ ਇਸ ਤਰ੍ਹਾਂ ਡੋਲੇ ਨਹੀਂ, ਆਪਣਾ ਸਿੱਧਕ ਆਪਣਾ ਭਰੋਸਾ ਉਵੇਂ ਹੀ ਗੁਰੂ ਦੇ ਉੱਤੇ ਕਾਇਮ ਰੱਖਿਆ ਹੈ ਕਿ ਗੁਰੂ ਜ਼ਰੂਰ ਕੋਈ ਨਾ ਕੋਈ ਵਿਧ ਬਣਾ ਦੇਵੇਗਾ। ਵਹਿਰ ਭੂਮਿਕਾ ਜਬ ਹੀ ਗਾਇਓ, ਹੁਣ ਕੀ ਹੋਇਆ ਵਹਿਰ ਭੂਮਿਕਾ, ਘਰੋਂ ਨਿਕਲੇ ਨੇ ਅਤੇ ਆਪਣੇ ਸਰੀਰਕ ਕਿਰਿਆ ਵਾਸਤੇ, ਜਿਵੇਂ ਪਹਿਲੇ ਸਮਿਆਂ 'ਚ ਨਗਰ ਤੋਂ ਬਾਹਰ ਬਾਹਰ ਲੋਕ ਜਾਇਆ ਕਰਦੇ ਸਨ, ਸੋ ਭੂਮਿਕਾ ਆਪਣੀ ਜ਼ਮੀਨ ਵੱਲ ਗਏ ਹਨ। ਕਰ ਸੋ ਥਾਨ ਖਨਿਓ ਲਖ ਲਾਇਓ, ਤੇ ਇੱਕ ਇਹਨਾਂ ਦੇ ਵਿੱਚੋਂ ਇੱਕ ਪਿਆਰ ਵਾਲਾ ਜਿਹੜਾ ਹੈ ਉਹ ਕਰ ਸੋ ਖਾਨ, ਖਾਨ ਦਾ ਅਰਥ ਹੁੰਦਾ ਖੋਦਣਾ, ਆਪਣੇ ਹੱਥ ਦੇ ਨਾਲ ਬੈਠਾ ਬੈਠਾ ਜ਼ਮੀਨ ਖੋਦ ਰਿਹਾ ਸੀ। ਇੱਕ ਬਾਸਨ ਦੀਨਾਰਨ ਭਰਿਓ, ਕੀ ਮਹਿਸੂਸ ਹੋਇਆ ਜ਼ਮੀਨ ਨੂੰ ਪੁੱਟਦਿਆਂ ਪੁੱਟਦਿਆਂ ਥੱਲਿਓਂ ਕੁਛ ਚਮਕਿਆ, ਜਦੋਂ ਹੋਰ ਉਸ ਜ਼ਮੀਨ ਨੂੰ ਪੁੱਟਿਆ ਗਿਆ ਇੱਕ ਬਾਸਨ, ਇੱਕ ਪੂਰਾ ਭਾਂਡਾ ਜਿਹੜਾ ਸੀ, ਗਾਗਰ ਰੂਪ ਵਿੱਚ ਕਹਿ ਦਈਏ, ਕੁੱਜੇ ਰੂਪ ਵਿੱਚ ਕਹਿ ਦਈਏ, ਭਾਵ ਇੱਕ ਪੂਰੇ ਦਾ ਪੂਰਾ ਬਰਤਨ ਜਿਹੜਾ ਸੀ ਉਹ ਮੋਹਰਾਂ ਦੇ ਨਾਲ ਦਿਨਾਰ ਦੇ ਨਾਲ ਭਰਿਆ ਹੋਇਆ ਪ੍ਰਾਪਤ ਹੋਇਆ। ਸਹਿਨਿਕਾਸ ਕਰ ਲਿਆ ਵਨ ਕਰਿਓ, ਅਤੇ ਉਹ ਸਾਰਾ ਚੁੱਕ ਕਰਕੇ ਉਹ ਘਰੇ ਲਿਆਂਦਾ। ਬਾਅਦ ਵਿੱਚ ਉਹ ਮੋਹਰਾਂ ਜਿਹੜੀਆਂ ਸਨ ਉਹ ਵੇਚ ਕੇ ਉਹ ਸਾਰਾ ਧਨ ਜਿਹੜਾ ਸੀ ਉਹ ਅਗਾਂਹ ਦੇ ਕਰਕੇ ਹੋਰ ਧਨ ਪ੍ਰਾਪਤ ਕੀਤਾ। ਕਰਜ ਉਤਾਰ ਬਿਭੂਖਣ ਸਾਰੇ, ਉਹ ਮੋਹਰਾਂ ਦੇ ਕਰਕੇ ਸੋਨੇ ਦੀਆਂ ਧਨ ਪ੍ਰਾਪਤ ਕੀਤਾ, ਫਿਰ ਸਾਰਾ ਕਰਜ਼ਾ ਜਿਹੜਾ ਸੀ ਬਾਣੀਏ ਤੋਂ ਲਿਆ ਉਹ ਵੀ ਲਾਹ ਦਿੱਤਾ, ਅਤੇ ਬੇਭੂਖਣ ਸਾਰੇ ਜੋ ਆਪਣੀ ਘਰਵਾਲੀ ਆਪਣੀ ਇਸਤਰੀ ਦੇ ਗਹਿਣੇ ਵੇਚੇ ਸਨ ਉਹ ਵੀ ਸਾਰੇ ਪਰਤ ਕੇ ਲੈ ਲਏ ਹਨ। ਘਰ ਵਾਏ ਸੁਭ ਕਰਤ ਆਹਾਰੇ, ਬਹੁਤ ਸ਼ੁਭ ਬੜੇ ਸੋਹਣੇ ਤਰੀਕੇ ਦੇ ਨਾਲ ਗਹਿਣੇ ਜਿਹੜੇ ਸਨ ਉਹ ਘਰ ਵਾਏ ਉਹ ਬਣਵਾ ਲਏ ਹਨ। ਦਿਓ ਦਰਬ ਪ੍ਰਭੂ ਨੇ ਇਮ ਜਾਣਾ, ਇਸ ਤਰ੍ਹਾਂ ਜਾਣਿਆ ਹੈ ਮਨ ਦੇ ਅੰਦਰ ਕਿ ਇਹ ਜਿਹੜਾ ਧਨ ਹੈ ਇਹ ਪ੍ਰਭੂ ਧਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਰਸ ਕਰਕੇ ਦਿੱਤਾ ਕਿ ਸਿੱਖ ਦੇ ਘਰ ਵਿੱਚ ਚੱਲਦਾ ਲੰਗਰ ਦਾ ਪ੍ਰਵਾਹ ਨਾ ਕਿਤੇ ਰੁਕ ਜਾਏ। ਇਹ ਗੁਰੂ ਨੇ ਕਿਰਪਾ ਤਰਸ ਦੇ ਘਰ ਵਿੱਚ ਆ ਕੇ ਸਾਡੀ ਝੋਲੀ ਪਾਇਆ ਹੈ। ਵਸਤਰ ਆਹਾਰ ਦੀਨ ਗਨ ਦਾਨਾ, ਇਸ ਤਰ੍ਹਾਂ ਮਾਇਆ ਦੇ ਨਾਲ ਫਿਰ ਹੋਰ ਆਹਾਰ ਲੰਗਰ ਚਲਾਏ, ਫਿਰ ਵਸਤਰ ਬਹੁਤ ਜ਼ਿਆਦਾ ਵਸਤਰ ਲਿਆ ਕਰਕੇ ਜਿਹੜੇ ਵਸਤਰਹੀਣੇ ਸਨ ਨਗਨ ਸਨ ਉਹਨਾਂ ਨੂੰ ਦਿੱਤੇ, ਹੋਰ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਵਣ ਲੱਗੇ। ਗੁਰਬਾਣੀ ਪੜ ਭਗਤੀ ਕਰਨ ਤੇ, ਨਾਲ ਨਾਲ ਗੁਰੂ ਕੀ ਬਾਣੀ ਪੜ੍ਹਦੇ ਨੇ ਭਗਤੀ ਸੇਵਾ ਸਿਮਰਨ ਕਰਨ ਲੱਗੇ। ਸ੍ਰੀ ਅਰਜਨ ਕੋ ਆਏ ਦਿਖਣ ਤੇ, ਸਮੇਂ ਸਮੇਂ ਤੇ ਜਿਵੇਂ ਪੁਰਬ ਵਾਲੇ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਆਉਂਦੇ ਸਨ। ਸੋ ਇਸ ਘਟਨਾ ਤੋਂ ਬਾਅਦ ਫਿਰ ਜਦੋਂ ਕੋਈ ਪੁਰਬ ਵਾਲਾ ਦਿਨ ਆਇਆ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਆਏ ਹਨ। ਸੁਨ ਸਤਿਗੁਰ ਨੇ ਧੰਨ ਬਿਰਤਾਂਤ, ਇਹਨਾਂ ਸਾਰਾ ਧੰਨ ਦਾ ਬਿਰਤਾਂਤ ਜਿਹੜਾ ਸੀ ਨਾ ਸਤਿਗੁਰਾਂ ਨੂੰ ਸੁਣਾਇਆ ਕਿ ਮਹਾਰਾਜ ਇੱਕ ਦਿਨ ਮਾਇਆ ਮੁੱਕ ਗਈ, ਸੰਗਤ ਘਰ ਦੇ ਵਿੱਚ ਠਹਿਰੀ ਹੋਈ ਸੀ, ਮਨ ਬਿਲਕੁਲ ਡੋਲਿਆ ਨਹੀਂ ਕਿਸੇ ਤਰ੍ਹਾਂ, ਅਤੇ ਮਹਾਰਾਜ ਐਸੀ ਖੇਡ ਵਰਤਾਈ ਆਪ ਜੀ ਨੇ ਕਿ ਸਾਨੂੰ ਪਰਤ ਕੇ ਮੋਹਰਾਂ ਪ੍ਰਾਪਤ ਹੋ ਗਈਆਂ, ਧਨ ਦਾ ਰੂਪ ਦਿੱਤਾ ਉਹਨਾਂ ਨੂੰ, ਕਰਜ਼ਾ ਉਤਰ ਗਿਆ, ਗਹਿਣੇ ਬਣਵਾ ਲਏ। ਸੋ ਇਹ ਸਾਰਾ ਬਿਰਤਾਂਤ ਧਨ ਦਾ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਇਹਨਾਂ ਤੋਂ ਸੁਣਿਆ, ਬਚਨ ਕਰਿਓ ਜੋ ਵੰਡਤ ਖਾਤ, ਸਾਹਿਬ ਨੇ ਬੜਾ ਕੀਮਤੀ ਬਚਨ ਇੱਥੇ ਕਿਹਾ ਕਿ ਸਿੱਖੋ ਜੋ ਵੰਡਤ ਖਾਤ, ਜੋ ਸਿੱਖ ਨੂੰ ਸਭ ਤੋਂ ਪਹਿਲਾਂ ਸਿਧਾਂਤ ਹੀ ਸਤਿਗੁਰਾਂ ਨੇ ਕਿਰਤ ਕਰਨੀ ਨਾਮ ਜਪਣਾ ਅਤੇ ਵੰਡ ਛਕਣਾ ਦਿੱਤਾ। ਸੋ ਸਾਹਿਬ ਕਹਿੰਦੇ ਜਦੋਂ ਕੋਈ ਵੰਡ ਕੇ ਖਾਂਦਾ ਹੈ ਵੰਡ ਕੇ ਛਕਦਾ ਹੈ, ਵਾਹਿਗੁਰੂ ਤਿਸ ਥੁੜਨ ਨਾ ਦੇਤ, ਉਹ ਅਕਾਲ ਪੁਰਖ ਪਰਮੇਸ਼ਰ ਕਦੀ ਵੀ ਉਹਦੇ ਥੋੜ ਨਹੀਂ ਆਉਣ ਦਿੰਦਾ, ਕੁਛ ਵੀ ਉਹਨੂੰ ਥੁੜਨ ਨਹੀਂ ਦਿੰਦਾ, ਭਾਵੇਂ ਉਹ ਪਦਾਰਥਾਂ ਨੂੰ ਵੰਡ ਕੇ ਛਕੇ ਉਹਨੂੰ ਪਦਾਰਥ ਨਹੀਂ ਥੁੜਨ ਦੇਵੇਗਾ, ਜੇ ਉਹ ਨਾਮ ਨੂੰ ਵੀ ਸੰਗਤ ਦੇ ਵਿੱਚ ਵੰਡੇ, ਭਲਾ ਕਰੇ, ਦੁਖਿਆਰਿਆਂ ਦੇ ਹਿੱਤ ਅਰਦਾਸ ਕਰੇ
ਤਾਂ ਉਹਦੇ ਅੰਦਰ ਨਾਮ ਸਿਮਰਨ ਵੀ ਗੁਰੂ ਤੁੜਨ ਨਹੀਂ ਦਿੰਦਾ। ਸੋ ਸਾਹਿਬ ਕਹਿੰਦੇ ਸਿੱਖ ਦਾ ਮੁੱਢਲਾ ਅਸੂਲ ਜ਼ਿੰਦਗੀ ਦਾ ਸਿਧਾਂਤ ਇਹ ਕਿ ਉਹ ਵੰਡ ਕੇ ਛਕੇ, ਜਿਹੜਾ ਵੰਡ ਕੇ ਛਕੇਗਾ ਉਹ ਅਕਾਲ ਪੁਰਖ ਪਰਮੇਸ਼ਰ ਕਦੀ ਵੀ ਉਹਨੂੰ ਥੋਟ ਨਹੀਂ ਆਉਣ ਦੇਵੇਗਾ। ਸਰਬ ਪਦਾਰਤ ਹੋ ਤਨਿਕੇਤ, ਅਤੇ ਉਹਦੇ ਨਿਕੇਤ ਘਰ ਦੇ ਵਿੱਚ ਸਾਰੇ ਪਦਾਰਥ ਜਿਹੜੇ ਸੋ ਆਉਣਗੇ। ਜਿਹਨੂੰ ਆਨੰਦ ਸਾਹਿਬ ਅੰਦਰ ਆਪ ਜੀ ਬਚਨ ਪੜ੍ਹਦੇ ਹੋ, ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ, ਉਹਦੇ ਘਰ ਅੰਦਰ ਸਾਰਾ ਕੁਛ ਹੈ। ਇਸ ਕਰਕੇ ਜੋ ਵੰਡ ਕੇ ਛਕਦਾ ਤਾਂ ਸਾਹਿਬ ਕਹਿੰਦੇ ਉਸ ਛਕਣ ਵਾਲੇ ਦੇ ਘਰੇ ਵੀ ਸਾਰੇ ਪਦਾਰਥ ਆਉਂਦੇ ਹਨ। ਸਤਨਾਮ ਸਿਮਰਤ ਗਤ ਪਾਈ, ਤੇ ਨਾਲ ਨਾਲ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੇ ਉਹ ਗਤ ਮੁਕਤ ਪ੍ਰਾਪਤ ਕਰੇਗਾ। ਇੰਜ ਇਹਨਾਂ ਦੋਨਾਂ ਵੱਲ ਇਸ਼ਾਰਾ, ਇਹ ਲੰਗਰ ਚਲਾਉਂਦਿਆਂ ਵੰਡ ਛਕਦਿਆਂ ਨਾਲ ਨਾਲ ਸਤਨਾਮ ਦਾ ਸਿਮਰਨ ਕਰਦੇ ਮੁਕਤੀ ਪ੍ਰਾਪਤ ਕੀਤੀ। ਅੰਤ ਸਮੈ ਗੁਰ ਭਏ ਸਹਾਈ, ਇਸ ਤਰ੍ਹਾਂ ਜਦੋਂ ਇਹਨਾਂ ਦੇ ਸਰੀਰਾਂ ਦਾ ਅਖੀਰਲਾ ਸਮਾਂ ਆਇਆ ਹੈ ਤਾਂ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਸਹਾਈ ਹੋਏ, ਇਹਨਾਂ ਦਾ ਲੋਕ ਅਤੇ ਪਰਲੋਕ ਜਿਹੜਾ ਸਵਾਰ ਦਿੱਤਾ। ਦੋਹਰਾ ਝਿੰਗਰਣਾ ਹੁਤੇ ਸੋ ਜਾਤ ਕੇ ਬਾਲਾ ਕਿਸਨਾ ਨਾਮ। ਇਸੇ ਤਰ੍ਹਾਂ ਸਤਿਗੁਰਾਂ ਦੇ ਕੋਲ ਬੜੇ ਸਿੱਖ ਆਉਂਦੇ ਨੇ, ਤੇ ਸਿੱਖਾਂ ਦੇ ਨਾਲ ਨਾਲ ਹੋਰ ਧਰਮਾਂ ਨੂੰ ਮੰਨਣ ਵਾਲੇ, ਹੋਰ ਮਜ਼ਹਬਾਂ ਨੂੰ ਮੰਨਣ ਵਾਲੇ ਲੋਕ ਵੀ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਅੱਜ ਇੱਕ ਬਾਲਾ ਕਿਸ਼ਨਾ ਦੋ ਸਰੀਰ ਨੇ, ਜਿਨ੍ਹਾਂ ਦਾ ਬਾਲਾ ਤੇ ਕਿਸ਼ਨਾ ਨਾਮ ਹੈ ਅਤੇ ਚਿੰਗਰਨ ਇਹਨਾਂ ਦਾ ਗੋਤ ਹੈ। ਸੰਸਕ੍ਰਿਤ ਵਿਦਿਆ ਵਿਖੈ ਪੰਡਿਤ ਬੜ ਅਬਰਾਮ, ਇਹ ਦੋਨੋਂ ਪੰਡਿਤ ਹਨ, ਵਿਦਵਾਨ ਹਨ, ਤੇ ਸੰਸਕ੍ਰਿਤ ਦੀ ਵਿਦਿਆ ਦੇ ਬਹੁਤ ਪ੍ਰਕਾਂਡ ਵਿਦਵਾਨ ਹਨ, ਪਰ ਵਿਧਵਤਾ ਹੁੰਦਿਆਂ ਹੋਇਆਂ ਨਾਲ ਨਾਲ ਥੋੜਾ ਜਿਹਾ ਮਾਨ ਹੈ, ਹੰਕਾਰ ਹੈ। ਚੋਪਈ ਸੋ ਜਬ ਕਥਾ ਕਰਤ ਨਰ ਮਾਹੀ, ਇਹ ਜਦੋਂ ਵੀ ਬਾਲਾ ਕ੍ਰਿਸ਼ਨਾ, ਬੜੇ ਵਿਦਵਾਨ ਨੇ ਸੰਸਕ੍ਰਿਤ ਦੇ, ਵੇਦਾਂ ਸ਼ਾਸਤਰਾਂ ਦੇ ਵਿਦਵਾਨ ਨੇ, ਜਦੋਂ ਵੀ ਕਿਤੇ ਆਪਣੀ ਸੰਗਤ ਦੇ ਵਿੱਚ ਬਹਿ ਕਰਕੇ ਵੇਦਾਂ ਸ਼ਾਸਤਰਾਂ ਸਿਮਰਤੀਆਂ ਪੁਰਾਣਾਂ ਦੀ ਕਥਾ ਕਰਦੇ ਹਨ, ਸੁਣ ਹੈ ਪ੍ਰੇਂਦ ਉਰ ਹਰਖ ਉਪਾਹੀ, ਤੇ ਜਦੋਂ ਵੀ ਕੋਈ ਇਹਨਾਂ ਨੂੰ ਸੁਣਦਾ ਨਾ ਸਮੂਹ ਰੂਪ ਦੇ ਅੰਦਰ, ਹਰਖ ਉਪਾਹੀ, ਸੁਣਨ ਵਾਲੇ ਦੇ ਅੰਦਰ ਬੜੀ ਖੁਸ਼ੀ ਹੁੰਦੀ ਹੈ, ਕਿਉਂਕਿ ਇਹਨਾਂ ਕੋਲ ਵਿਦਵਤਾ ਇੰਨੀ ਜ਼ਿਆਦਾ, ਇਹਨਾਂ ਦੀ ਜ਼ਬਾਨ ਵਿੱਚ ਰਸ ਇੰਨਾ ਜ਼ਿਆਦਾ, ਇਹਨਾਂ ਦੇ ਕਹਿਣ ਦਾ ਤਰੀਕਾ ਸਲੀਕਾ ਸਮਝਾਉਣ ਦਾ ਇੰਨਾ ਵਧੀਆ ਕਿ ਸੁਣਨ ਵਾਲਾ ਤਰਸ ਤਰਸ ਕਰ ਉੱਠਦਾ, ਬਹੁਤ ਜ਼ਿਆਦਾ ਖੁਸ਼ ਹੋ ਉੱਠਦਾ ਹੈ। ਆਛੀ ਰੀਤ ਸੁਣਾਵਨ ਕਰਹੀ, ਸੋ ਆਛੀ ਰੀਤ, ਬੜੀ ਸੋਹਣੀ ਰੀਤੀ ਦੇ ਨਾਲ, ਬੜੇ ਸੋਹਣੇ ਤਰੀਕੇ ਦੇ ਨਾਲ ਇਹ ਸਲੋਕ ਪੜ੍ਹਦੇ ਨੇ, ਫਿਰ ਉਹਨਾਂ ਦੇ ਅਰਥ ਕਰਕੇ ਸੁਣਾਉਂਦੇ ਹਨ। ਰੀਜੈ ਸਗਰੇ ਸੁਜਸ ਉਚਰਹੀ, ਤੇ ਸੁਣਨ ਵਾਲਾ, ਰੀਜੈ ਸਗਲੇ, ਸਾਰੇ ਸੁਣਨ ਵਾਲੇ ਜਿਹੜੇ ਉਹ ਰੀਜ ਦੇ ਪ੍ਰਸੰਨ ਹੁੰਦੇ, ਤੇ ਸੁਜਸ ਉਚਰਹੀ, ਇਹਨਾਂ ਦਾ ਜਸ ਕਰਦੇ ਹਨ, ਜਦੋਂ ਕਥਾ ਵਾਰਤਾ ਕਰਦੇ ਹਰ ਇੱਕ ਸੁਣਨ ਵਾਲਾ ਪ੍ਰਸੰਨ ਹੁੰਦਾ, ਅਸ਼ ਅਸ਼ ਕਰ ਉੱਠਦਾ ਹੈ। ਤਿੰਨੋਂ ਸਿੱਖ ਤਿੰਨੋਂ ਸਿੱਖ ਕਰ ਤੇ ਸੁਣ ਪਾਹੀ, ਪਰ ਇਹ ਕੀ ਦੇਖਦੇ ਨੇ ਕਿ ਇਹਨਾਂ ਦੇ ਕੋਲ ਨਗਰ ਦੇ ਵਿੱਚ ਕੁਝ ਸਿੱਖ ਰਹਿੰਦੇ ਨੇ। ਸੋ ਸਿੱਖ ਦਾ ਜੀਵਨ ਕੈਸਾ ਹੋਵੇ ਇਹ ਵੀ ਆਪ ਜੀ ਨੂੰ ਇਸ ਪ੍ਰਸੰਗ ਚੋਂ ਝਲਕ ਮਿਲੇਗੀ। ਇਹ ਕੀ ਮਹਿਸੂਸ ਕਰਦੇ ਨੇ, ਤਿੰਨੋਂ ਪਿੱਖ ਸਿੱਖ ਜਾਤ ਕਨੇਰੇ, ਇਹ ਕੀ ਦੇਖਦੇ ਨੇ, ਸਿੱਖ ਆਉਂਦੇ ਜਾਂਦੇ ਨੇ, ਕੁਛ ਨਗਰ ਵਿੱਚ ਨੇ, ਕੁਛ ਨਗਰ ਦੇ ਰਸਤੇ ਤੋਂ ਲੰਘਦੇ ਨੇ, ਜਿਵੇਂ ਕੋਈ ਅਗਲੇ ਨਗਰ ਦਾ ਸਿੱਖ ਹੈ ਉਹਨੇ ਇਹਨਾਂ ਦੇ ਕੋਲੋਂ ਦੀ ਲੰਘਣਾ, ਕਦੀ ਮਿਲਾਪ ਹੋ ਜਾਣਾ, ਕਦੀ ਦੀਵਾਨ ਦੇ ਕੋਲੋਂ ਦੀ ਸਿੱਖ ਨੇ ਲੰਘਣਾ, ਸਿੱਖ ਦੇ ਦੀਦਾਰ ਹੋ ਜਾਣੇ। ਸੋ ਸਿੱਖ ਧਰਮ ਬਾਰੇ ਜਾਣਦੇ ਹਨ ਤੇ ਸਿੱਖਾਂ ਨੂੰ ਜਦੋਂ ਲੰਘਦਿਆਂ ਟੱਪਦਿਆਂ ਦਰਸ਼ਨ ਕਰਦੇ ਹਨ ਤਾਂ ਬਾਂਛਤ ਪਾਏ ਗੁਰੂ ਮੁਖ ਹੇਰੇ, ਕੀ ਮਹਿਸੂਸ ਕਰਦੇ ਨੇ ਕਿ ਇਹ ਸਿੱਖ ਜਦੋਂ ਸਾਡੇ ਕੋਲੋਂ ਲੰਘਦੇ ਨੇ ਤੇ ਇਹਨਾਂ ਦੇ ਅੰਦਰ ਇੱਕ ਰੂਹਾਨੀਅਤ, ਇਹਨਾਂ ਦੇ ਚਿਹਰੇ ਤੇ ਇੱਕ ਨੂਰ ਝਲਕਦਾ, ਤੇ ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਆਪਣੇ ਗੁਰੂ ਕੋਲ ਜਾਂਦੇ ਨੇ ਤੇ ਜਾ ਕਰਕੇ ਬਾਂਛਤ ਪਾਏ ਗੁਰੂ ਮੁਖ ਹੇਰੇ, ਗੁਰੂ ਕੇ ਦੀਦਾਰ ਕਰਕੇ ਮਨ ਬਾਂਛਤ ਫਲ ਜਿਹੜਾ ਉਹ ਪ੍ਰਾਪਤ ਕਰਕੇ ਆਉਂਦੇ ਹਨ। ਸੁਣ ਉਪਦੇਸ਼ ਤਿਆਗ ਲਭ ਰੋਸ, ਇਹ ਆਪਣੇ ਗੁਰੂ ਦਾ ਉਪਦੇਸ਼ ਸੁਣਦੇ ਨੇ ਤੇ ਆਪਣੇ ਅੰਦਰੋਂ ਲੱਭ ਭਾਵ ਕੇ ਲੋਭ ਅਤੇ ਰੋਸ, ਕਿਸੇ ਪ੍ਰਕਾਰ ਦੀ ਈਰਖਾ, ਰਾਗ, ਦੁਵੈਸ਼ ਆਦਿਕ, ਕਿਸੇ ਨਾਲ ਖੇਡ ਰੋਸ ਕਰਨਾ, ਇਹ ਸਾਰਾ ਕੁਛ ਆਪਣੇ ਅੰਦਰੋਂ ਤਿਆਗ ਦਿੰਦੇ ਹਨ। ਧਰ ਹਿਰਦੇ ਮਹਿ ਸਤ ਸੰਤੋਸ਼, ਅਤੇ ਇਹਨਾਂ ਦੇ ਹਿਰਦੇ ਦੇ ਵਿੱਚ ਬੜਾ ਸਤ ਹੈ, ਬੜਾ ਸੰਤੋਖ ਹੈ ਇਹਨਾਂ ਦੇ ਹਿਰਦੇ 'ਚ।
ਭਾਵ ਕਿ ਸਿੱਖ ਦਾ ਜੀਵਨ ਕੈਸਾ ਹੁੰਦਾ ਸੀ ਕਿ ਜੇ ਸਿੱਖ ਨੇ ਕਿਤੋਂ ਲੰਘਣਾ ਵੀ ਤਾਂ ਸਿੱਖ ਨੂੰ ਵੇਖਣ ਵਾਲਾ ਮਹਿਸੂਸ ਕਰਦਾ ਸੀ ਕਿ ਇਹਦੇ ਅੰਦਰ ਸਬਰ ਸੰਤੋਖ ਹੈ, ਇਹ ਸੱਤ ਦੇ ਨਾਲ ਭਰਿਆ ਪਿਆ, ਇਹਦੇ ਅੰਦਰ ਲੱਭ ਲੋਭ ਬਿਲਕੁਲ ਨਹੀਂ, ਇਹ ਰੂਹਾਨੀਅਤ ਮੰਡਲ ਦੇ ਵਿੱਚ ਉਡਾਰੀਆਂ ਮਾਰਦਾ, ਇਹਦਾ ਚਿਹਰਾ ਜਿਹੜਾ ਅਲਾਹੀ ਨੂਰ ਦੇ ਨਾਲ ਭਰਿਆ ਹੈ। ਸੋ ਇੰਝ ਜਦੋਂ ਇਹਨਾਂ ਨੇ ਸਿੱਖਾਂ ਨੂੰ ਦੇਖਣਾ, ਸਿੱਖਾਂ ਦੇ ਦੀਦਾਰ ਕਰਨੇ, ਮਹਿਸੂਸ ਹੋਣਾ ਕਿ ਜਦੋਂ ਆਪਣੇ ਗੁਰੂ ਕੋਲ ਜਾਂਦੇ ਨੇ ਤੇ ਬਹੁਤ ਕੁਛ ਪ੍ਰਾਪਤ ਕਰਦੇ ਹਨ। ਇਤਿਆਦਿਕ ਗੁਣ ਹਿਰਦੈ ਵਿਚਾਰੇ, ਇਸ ਤਰ੍ਹਾਂ ਸਿੱਖਾਂ ਦੇ ਗੁਣ ਜਿਹੜੇ ਸਨ ਜਾਂ ਗੁਰੂ ਕੇ ਗੁਣ, ਇਹਨਾਂ ਦਾ ਗੁਰੂ ਕਿੰਨਾ ਸਮਰੱਥਾਵਾਨ ਹੈ ਜੋ ਇਹਨਾਂ ਨੂੰ ਇੰਨਾ ਕੁਛ ਬਖਸ਼ਦਾ ਹੈ ਕਿ ਜੋ ਸਾਰੀ ਜ਼ਿੰਦਗੀ ਕਿਸੇ ਨੂੰ ਸਬਰ ਨਹੀਂ ਲੱਭਦਾ, ਸੰਤੋਖ ਨਹੀਂ ਮਿਲਦਾ, ਇਹ ਆਪਣੇ ਗੁਰੂ ਕੋਲ ਜਾ ਕੇ ਸਬਰ ਸੰਤੋਖ ਪ੍ਰਾਪਤ ਕਰਦੇ ਨੇ। ਸੋ ਇਸ ਤਰ੍ਹਾਂ ਗੁਰੂ ਅਤੇ ਗੁਰੂ ਕੇ ਸਿੱਖਾਂ ਦੇ ਗੁਣ ਵਿਚਾਰਦੇ ਹਨ। ਗੁਰ ਦਰਸ਼ਨ ਕੇ ਹੇਤ ਸਿਧਾਰੇ, ਇੱਕ ਦਿਨ ਮਨ 'ਚ ਖਿਆਲ ਪੈਦਾ ਹੋਇਆ ਕਿਉਂ ਨਾ ਅਸੀਂ ਵੀ ਜੋ ਸਿੱਖਾਂ ਦੇ ਗੁਰੂ ਹਨ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੇ ਦੀਦਾਰ ਕਰਕੇ ਆਈਏ। ਸੋ ਕਈ ਦਫ਼ਾ ਇਹ ਬੇਨਤੀ ਕਰਦਾ, ਸਿੱਖਾਂ ਤੇਰਾ ਜੀਵਨ ਐਸਾ ਹੋਵੇ, ਜੋ ਅੱਜ ਕਈ ਦਫ਼ਾ ਕਹਿੰਦੇ ਜੀ ਪ੍ਰਚਾਰ ਦੀ ਕਮੀ, ਪ੍ਰਚਾਰ ਦੀ ਕਮੀ ਨਹੀਂ, ਮਾਫ ਕਰਨਾ ਸਾਡੇ ਜੀਵਨ ਦੀ ਕਮੀ ਹੈ, ਕਿਉਂਕਿ ਜੇ ਸਿੱਖ ਦਾ ਜੀਵਨ ਐਸਾ ਹੋਵੇ ਕਿ ਸਿੱਖ ਜਿੱਥੋਂ ਲੰਘ ਜਾਏ ਉਹਨੂੰ ਦੇਖ ਕੇ 10-50 ਲੋਕ ਕਹਿ ਦੇਣ ਅਸੀਂ ਵੀ ਸਿੱਖ ਬਣਨਾ, ਸਿੱਖ ਦਾ ਜੀਵਨ ਐਸਾ ਹੋ ਜਾਣਾ ਚਾਹੀਦਾ। ਸੋ ਇਹਨਾਂ ਨੇ ਜਦੋਂ ਦੀਦਾਰ ਕੀਤੇ, ਮਨ 'ਚ ਤਾਂਘ ਪੈਦਾ ਹੋਈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕਰਨ ਆ ਗਏ ਹਨ। ਸ੍ਰੀ ਅਰਜਨ ਕੇ ਢਿੱਗ ਚਲ ਆਏ, ਤੇ ਬੜੇ ਪਿਆਰ ਬੜੀ ਭਾਵਨਾ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਕੋਲ ਪਹੁੰਚਦੇ ਹਨ। ਨਮੋ ਠਾਨ ਬੈਠੇ ਸਮੂਹਾਏ, ਬੜੇ ਪਿਆਰ ਨਾਲ ਨਮਸਕਾਰ ਕੀਤੀ ਤੇ ਬੈਠੇ ਸਮੂਹਾਏ, ਸਤਿਗੁਰਾਂ ਦੇ ਸਾਹਮਣੇ ਬਹਿ ਗਏ ਹਨ। ਬੋਲੇ ਬੋਹਰ ਆਪ ਸਤਿਗੁਰ ਹੋ, ਤੇ ਫੇਰ ਬੜੇ ਪਿਆਰ ਨਾਲ ਬੋਲੇ ਕਿ ਆਪ ਸਤਿਗੁਰ ਹੋ, ਹੇ ਗੁਰੂ ਅਰਜਨ ਦੇਵ ਮਹਾਰਾਜ ਆਪ ਸਤਿਗੁਰੂ ਹੋ। ਉਪਦੇਸਿਓ ਗੁਣ ਸਿੱਖਣ ਉਰ ਹੋ, ਤੇ ਤੁਸੀਂ ਆਪਣੇ ਸਿੱਖਾਂ ਨੂੰ ਉਪਦੇਸ਼ ਬਖਸ਼ਦੇ ਹੋ, ਇੱਕ ਇਹ ਅਰਥ। ਦੂਜਾ, ਇੱਕ ਜਿਵੇਂ ਆਪਾਂ ਕਿਸੇ ਨੂੰ ਪੁੱਛਣਾ ਕਿ ਤੁਸੀਂ ਹੀ ਸਤਿਗੁਰੂ ਹੋ, ਇੰਝ ਸਤਿਗੁਰਾਂ ਦੇ ਸਾਹਮਣੇ ਬਹਿ ਕੇ ਇੱਕ ਪ੍ਰਸ਼ਨਵਾਚਕ ਦੇ ਅੰਦਰ ਪੁੱਛ ਰਹੇ ਨੇ ਕਿ ਆਪ ਹੀ ਸਤਿਗੁਰੂ ਹੋ, ਕਿਉਂਕਿ ਪਹਿਲੀ ਦਫ਼ਾ ਆਏ ਨੇ, ਅਤੇ ਤੁਸੀਂ ਹੀ ਹੋ ਜੋ ਆਪਣੇ ਸਿੱਖਾਂ ਨੂੰ ਰੂਹਾਨੀਅਤ ਦਾ ਉਪਦੇਸ਼ ਬਖਸ਼ਦੇ ਹੋ। ਦੂਜੇ ਅਰਥ ਅੰਦਰ ਕਿ ਆਪ ਸਤਿਗੁਰੂ ਹੋ ਅਤੇ ਆਪਣੇ ਸਿੱਖਾਂ ਨੂੰ ਰੂਹਾਨੀਅਤ ਉਪਦੇਸ਼ ਬਖਸ਼ ਰਹੇ ਹੋ। ਖਸ਼ਟੀ ਸ਼ਾਸਤਰਨ ਮਤ ਕੋ ਜਾਣਹਿ, ਮਹਾਰਾਜ ਜੀ ਅਸੀਂ ਦੋਨੋਂ ਜਣੇ ਖਸ਼ਟ ਸ਼ਾਸਤਰ, ਅਸੀਂ 6 ਸ਼ਾਸਤਰਾਂ ਦੇ ਗਿਆਤਾ, ਸਿਮਰਤੀਆਂ ਪੁਰਾਣਾਂ ਨੂੰ ਬੜੀ ਚੰਗੀ ਤਰ੍ਹਾਂ ਅਸੀਂ ਕੋਖਿਆ, ਬੜੇ ਵੱਡੇ ਅਸੀਂ ਵਿਦਵਾਨ ਹਾਂ, ਬੜੀ ਵਿਦਿਆ ਪੜ੍ਹੀ ਹੈ। ਕਥਾ ਪੁਰਾਣ ਮਹਾਨ ਬਖਾਨਾ, ਮਹਾਰਾਜ ਅਸੀਂ ਪੁਰਾਣਾਂ ਦੀ ਕਥਾ, ਜੋ ਬੜੀ ਮਹਾਨ ਕਥਾ ਹੈ, ਉਹਨੂੰ ਬਖਾਨਾ, ਬੜੇ ਸੋਹਣੇ ਤਰੀਕੇ ਦੇ ਨਾਲ ਉਹਦਾ ਵਖਿਆਨ ਕਰਦੇ ਹਾਂ। ਸਰੋਤਾ ਕੋ ਹਮ ਦੇ ਤਰਿਜਾਏ, ਮਹਾਰਾਜ ਐਸੀ ਭਗਵਾਨ ਦੀ ਸਾਡੇ ਤੇ ਕਿਰਪਾ ਹੈ ਪ੍ਰਭੂ ਦੀ ਕਿ ਅਸੀਂ ਜਦੋਂ ਕੀ ਕਥਾ ਕਰਦੇ ਹਾਂ ਅਸੀਂ ਸਰੋਤਿਆਂ ਨੂੰ ਰਿਝਾ ਲੈਂਦੇ ਹਾਂ, ਭਾਵ ਪ੍ਰਸੰਨ ਕਰ ਦਿੰਦੇ ਹਾਂ, ਉਹਨਾਂ ਦੇ ਮਨ 'ਚ ਕੋਈ ਸ਼ੱਕ ਸ਼ੰਕਾ ਹੋਵੇ ਖੋਲ੍ਹ ਦਿੰਦੇ ਹਾਂ ਅਸੀਂ ਸਲੋਕਾਂ ਦੀ ਕਥਾ, ਪੁਰਾਣਾਂ ਦੇ ਅੰਦਰ ਵੇਦਾਂ ਗ੍ਰੰਥਾਂ ਦੇ ਅੰਦਰ ਆਏ ਸਲੋਕਾਂ ਦੀ ਕਥਾ ਬਹੁਤ ਸੋਹਣੇ ਸੁਚੱਜੇ ਸਰਲ ਤਰੀਕੇ ਨਾਲ ਕਰਦੇ ਹਾਂ। ਸਰਬ ਪ੍ਰਸੰਨ ਸੁਜਸ ਅਲਾਏ, ਤੇ ਮਹਾਰਾਜ ਅੱਜ ਤੱਕ ਜਿੰਨੀ ਵਾਰ ਵੀ ਅਸੀਂ ਜਿੱਥੇ ਵੀ ਕਥਾ ਕੀਤੀ ਸਾਰੇ ਹੀ ਪ੍ਰਸੰਨ ਹੁੰਦੇ ਨੇ, ਤੇ ਸਾਰੇ ਲੋਕ ਹੀ ਸਾਡਾ ਸੁਜਸ ਅਲਾਏ, ਸ੍ਰੇਸ਼ਟ ਜਸ ਕਰਦੇ ਨੇ ਕਿ ਤੁਹਾਡੀ ਕਥਾ ਸੁਣ ਕੇ ਆਨੰਦ ਆ ਜਾਂਦਾ ਹੈ। ਤਉ ਹਮਾਰੇ ਮਨ ਮਹਿ ਸੰਤ, ਪਰ ਮਹਾਰਾਜ ਜੋ ਸਾਡੇ ਮਨ ਦਾ ਦੁੱਖ ਹੈ ਉਹ ਅਸੀਂ ਅੱਜ ਤੁਹਾਡੇ ਸਾਹਮਣੇ ਰੱਖਦੇ ਹਾਂ। ਸੋ ਇਹ ਇਕੱਲਾ ਕਹਿਣ ਦਾ ਭਾਵ ਇਹਨਾਂ ਦੇ ਅੰਦਰ ਦਾ ਹੀ ਦੁੱਖ ਨਹੀਂ, ਕਿ ਅੱਜ ਬਹੁਤਾਂਤ ਅੰਦਰ ਸਾਡੇ ਵੀ ਮਨਾਂ ਦਾ ਦੁੱਖ ਹੈ। ਸੋ ਇਸ ਤਰ੍ਹਾਂ ਕਹਿਣ ਲੱਗੇ ਮਹਾਰਾਜ, ਸੰਗਤ 'ਤੇ ਸੁਣ ਕਰਕੇ ਆਏ ਹੋਏ ਜਗਿਆਸੂ 'ਤੇ ਸੁਣ ਕੇ ਅਸ਼ ਅਸ਼ ਕਰਦੇ ਨੇ, ਬੜਾ ਆਨੰਦ ਆਇਆ, ਬੜਾ ਸਰੂਰ ਮਿਲਿਆ ਤੁਹਾਡੀ ਕਥਾ ਵਿੱਚੋਂ, ਪਰ ਮਹਾਰਾਜ ਸਾਡੇ ਮਨ ਦਾ ਦੁੱਖ ਇੱਕ ਹੋਰ ਹੈ। ਨਹਿ ਉਪਜਤ ਹੋਏ ਮਤ ਅਵਦਾਤ, ਮਹਾਰਾਜ ਸਾਡੇ ਮਨ ਨੂੰ ਅੱਜ ਤੱਕ ਸ਼ਾਂਤੀ ਨਹੀਂ ਮਿਲੀ। ਕਥਾ ਸੁਣਾ ਸੁਣਾ ਕੇ ਲੋਕਾਂ ਨੂੰ ਬੜਾ ਕੁਝ ਸੁਣਾ ਦਿੱਤਾ ਹੈ, ਜ਼ਿੰਦਗੀ ਅੰਦਰ ਬੜਾ ਪ੍ਰੇਰਣਾਦਾਇਕ ਉਪਦੇਸ਼ ਦਿੱਤਾ ਲੋਕਾਂ ਨੂੰ, ਪਰ ਮਹਾਰਾਜ ਹਾਲੇ ਤੱਕ ਸਾਡੇ ਮਨ ਦੇ ਅੰਦਰ ਕੋਈ ਸ਼ਾਂਤੀ, ਕੋਈ ਸਰਲਤਾ, ਕੋਈ ਸਹਿਜ ਅਵਸਥਾ, ਕੋਈ ਸਬਰ ਸੰਤੋਖ ਨਹੀਂ ਆਇਆ। ਸਿੱਖ ਆਪ ਕੇ ਸ਼ਾਂਤੀ ਪਾਏ, ਮਹਾਰਾਜ ਤੁਹਾਡੇ ਸਿੱਖਾਂ ਵੱਲ ਜਦੋਂ ਦੇਖਦੇ ਹਾਂ ਨਾ ਤਾਂ ਬੜੀ ਹੈਰਾਨੀ ਹੁੰਦੀ ਹੈ
ਵੀ ਅਸੀਂ ਐਡੇ ਵਿਦਵਾਨ ਹੋ ਕੇ ਵੀ ਅਸ਼ਾਂਤ ਤੁਰੇ ਫਿਰਦੇ ਹਾਂ, ਇੰਨੇ ਗ੍ਰੰਥਾਂ ਨੂੰ ਪੜ੍ਹ ਕੇ ਵੀ ਸਾਨੂੰ ਅੰਦਰੋਂ ਕੁਛ ਲੱਭਦਾ ਨਹੀਂ ਪਿਆ ਹਾਲੇ ਤੱਕ। ਅਤੇ ਮਹਾਰਾਜ ਤੁਹਾਡੇ ਸਿੱਖਾਂ ਨੂੰ ਜਦੋਂ ਦੇਖਦੇ ਹਾਂ ਤਾਂ ਸਾਡਾ ਇੱਕ ਅੰਦਾਜ਼ਾ ਹੈ ਵੀ ਸ਼ਾਇਦ ਇਹਨਾਂ ਨੇ ਇੰਨੇ ਗ੍ਰੰਥ ਵੀ ਨਹੀਂ ਪੜ੍ਹੇ ਹੋਣੇ ਜਿੰਨੇ ਅਸੀਂ ਪੜ੍ਹੇ ਹੋਣੇ ਹੈ, ਸ਼ਾਇਦ ਇੰਨੀਆਂ ਕਿਤਾਬਾਂ ਦੇ ਪੰਨੇ ਵੀ ਨਹੀਂ ਪਲਟੇ ਹੋਣੇ। ਪਰ ਮਹਾਰਾਜ ਹੈਰਾਨੀ ਇਹ ਹੁੰਦੀ ਇਹ ਬਹੁਤ ਜ਼ਿਆਦਾ ਸ਼ਾਂਤ ਨੇ, ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਸ਼ਾਂਤੀ ਵਰਤਦੀ ਅਤੇ ਸਾਡੇ ਅੰਦਰ ਉਹ ਚੀਜ਼ ਜਿਹੜੀ ਉਹ ਸਾਨੂੰ ਕਿਉਂ ਨਹੀਂ ਲੱਭਦੀ ਪਈ ਹੈ। ਅਜਮਤ ਜੁਤ ਲਹਿ ਗੁਣ ਸਮੁਦਾਏ, ਅਸੀਂ ਇਹਨਾਂ ਨੂੰ ਸਾਰੇ ਗੁਣਾਂ ਦੇ ਸਮੇਤ ਵੇਖਦੇ ਹਾਂ, ਜੋ ਸ਼ੁਭ ਗੁਣ ਸਤ ਸੰਤੋਖ ਦਇਆ ਗਰੀਬੀ ਮਨ ਦੀ, ਇਹ ਸਾਰੇ ਸ਼ੁਭ ਗੁਣ ਇਹਨਾਂ ਦੇ ਵਿੱਚ ਨੇ। ਅਤੇ ਮਹਾਰਾਜ ਤੁਹਾਡੇ ਕੁਝ ਸਿੱਖਾਂ ਨੂੰ ਅਸੀਂ ਅਜਮਤ ਜੁੱਤ ਬੜੀਆਂ ਬੜੀਆਂ ਰਿੱਧੀਆਂ ਸਿੱਧੀਆਂ ਦੇ ਸਹਿਤ ਵੀ ਅਸੀਂ ਉਹਨਾਂ ਨੂੰ ਨਿਹਾਰਦੇ ਹਾਂ। ਕਿਰਪਾ ਕਰੋ ਇਹ ਭੇਦ ਬਤਾਵੋ, ਮਹਾਰਾਜ ਕਿਰਪਾ ਕਰੋ ਸਾਨੂੰ ਵੀ ਇਹ ਗੁੱਜਾ ਭੇਦ ਦੱਸ ਦਿਓ ਤਾਂ ਕਿ ਅਸੀਂ ਵੀ ਕੁਛ ਅੰਦਰ ਦੀ ਰੂਹਾਨੀਅਤ ਪ੍ਰਾਪਤ ਕਰ ਸਕੀਏ। ਮਹਾਰਾਜ ਇਹਦੇ 'ਚ ਭੇਦ ਹੋਏਗਾ ਕੁਛ ਨਾ ਕੁਛ, ਵੀ ਅਸੀਂ ਇੰਨਾ ਕੁਝ ਪੜ੍ਹ ਕੇ ਵੀ ਉਹ ਚੀਜ਼ ਨਾ ਪ੍ਰਾਪਤ ਕੀਤੀ, ਤੁਹਾਡੇ ਸਿੱਖਾਂ ਨੇ ਪੜ੍ਹਿਆ ਵੀ ਨਹੀਂ ਉਹਨਾਂ ਨੇ ਫਿਰ ਵੀ ਉਹ ਸ਼ਾਂਤੀ ਪ੍ਰਾਪਤ ਕਰ ਲਈ, ਮਹਾਰਾਜ ਇਹਦੇ 'ਚ ਕੀ ਭੇਦ ਹੈ, ਕੀ ਐਸੀ ਕੁੰਡੀ ਹੈ, ਉਹ ਕਿਰਪਾ ਕਰਕੇ ਸਾਨੂੰ ਵੀ ਸਮਝਾਉਣੀ ਕਰੋ। ਹਿਰਦੈ ਹਮਾਰੇ ਸ਼ਾਂਤ ਉਪਾਵੋ, ਤੇ ਕਿਰਪਾ ਕਰੋ ਸਤਿਗੁਰੂ ਜੀ ਸਾਡੇ ਹਿਰਦੇ 'ਚ ਸ਼ਾਂਤੀ ਪੈਦਾ ਕਰੋ। ਸੋ ਭਾਵ ਇਹ ਹੈ ਕਿ ਕਈ ਦਫ਼ਾ ਬਹੁਤਾ ਪੜ੍ਹ ਕੇ ਵੀ ਉਹ ਅੰਦਰ ਦੀ ਸ਼ਾਂਤੀ ਨਹੀਂ ਲੱਭਦੀ। ਇਹ ਨਹੀਂ ਪੜ੍ਹਨਾ ਮਾੜਾ ਹੈ, ਪੜ੍ਹਨਾ ਜ਼ਰੂਰ ਚਾਹੀਦਾ, ਅੱਗੇ ਵੀ ਸਾਹਿਬ ਇਸ਼ਾਰਾ ਕਰਨਗੇ। ਸੋ ਖੈਰ, ਜੋ ਅਸਲ ਦੀ ਅੰਦਰ ਦੀ ਸ਼ਾਂਤੀ ਰੂਹਾਨੀਅਤ ਹੈ ਉਹ ਗੁਰੂ ਕੇ ਦੀਦਾਰ, ਗੁਰੂ ਕੇ ਸਿਮਰਨ ਜਾਂ ਗੁਰੂ ਕੇ ਚਰਨਾਂ ਵਿੱਚ ਬਹਿ ਕੇ ਹੀ ਪ੍ਰਾਪਤ ਹੋਵੇਗੀ। ਸੋ ਆਪ ਮੰਗਦੇ ਨੇ ਕਿ ਸਤਿਗੁਰੂ ਜੋ ਚੀਜ਼ ਸਾਨੂੰ ਸਾਰੇ ਧਰਮ ਦਾ ਅਧਿਐਨ ਕਰਕੇ ਨਹੀਂ ਲੱਭੀ ਉਹ ਅੱਜ ਤੁਹਾਡੇ ਦਰ ਤੋਂ ਮੰਗਦੇ ਹਾਂ, ਤੇ ਕਿਰਪਾ ਕਰਕੇ ਸਾਡੇ ਮਨ ਨੂੰ ਸ਼ਾਂਤੀ ਬਖਸ਼ੋ। ਸੁਣ ਸ੍ਰੀ ਮੁਖ ਤੇ ਬਾਕ ਬਖਾਨਾ, ਸੁਣ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬੜੇ ਪਿਆਰ ਨਾਲ ਬਚਨ ਕਹਿਣ ਲੱਗੇ। ਮਨ ਕਾਰਨ ਗੁਣ ਅਵ ਗੁਣ ਜਾਨਾ, ਕਿ ਭਾਈ ਤੁਸੀਂ ਜੋ ਕੁਝ ਵੀ ਅੱਜ ਤੱਕ ਕੀਤਾ ਹੈ ਇਹ ਤੇ ਗੱਲ ਸਪਸ਼ਟ ਹੈ ਕਿ ਮਨ ਕਰਕੇ ਹੀ ਬੰਦੇ 'ਚ ਗੁਣ ਆਉਂਦੇ ਨੇ ਤੇ ਮਨ ਕਰਕੇ ਹੀ ਔਗਣ ਆਉਂਦੇ ਨੇ, ਕਿਉਂਕਿ ਜਿਵੇਂ ਮਨ ਕਹਿੰਦਾ ਅਸੀਂ ਉਵੇਂ ਦਾ ਕਰਮ ਕਰਨ ਲੱਗ ਜਾਂਦੇ, ਸਹਿਜੇ ਸਹਿਜੇ ਉਹ ਸਾਡੇ ਗੁਣ ਬਣ ਜਾਂਦੇ ਨੇ, ਸਹਿਜੇ ਸਹਿਜੇ ਔਗਣ ਬਣ ਜਾਂਦੇ ਨੇ। ਜਿਵੇਂ ਦੀ ਮੰਜ਼ਿਲ ਮਨ ਨੇ ਮਿੱਥ ਦਿੱਤੀ ਉਸੇ ਤਰ੍ਹਾਂ ਅਸੀਂ ਤੁਰਨਾ ਸ਼ੁਰੂ ਕਰ ਦਿੰਦੇ ਹਾਂ। ਜੇ ਮਾੜੀ ਮੰਜ਼ਿਲ ਭਾਵ ਮਨ ਨੇ ਕਹਿ ਦਿੱਤਾ ਮੈਂ ਤਾਂ ਬਹੁਤ ਵੱਡਾ ਚੋਰ ਬਣਨਾ ਅਤੇ ਔਗਣਾਂ ਦੇ ਨਾਲ ਭਰਨਾ ਸ਼ੁਰੂ ਹੋ ਜਾਵਾਂਗੇ, ਮਨ ਨੇ ਮਿੱਥ ਲਿਆ ਮੰਨ ਲਿਆ ਮੈਂ ਬੜਾ ਵੱਡਾ ਸਾਧੂ ਬਣਨਾ ਅਤੇ ਸ਼ੁਭ ਗੁਣ ਆਉਣੇ ਸ਼ੁਰੂ ਹੋ ਜਾਣੇ ਨੇ। ਸੋ ਇਹ ਸਾਰਾ ਕੁਛ ਸਾਹਿਬ ਕਹਿੰਦੇ ਇਹ ਤਾਂ ਤੁਸੀਂ ਜਾਣਦੇ ਹੋ ਕਿ ਮਨ ਕਰਕੇ ਹੀ ਸਾਡੇ ਵਿੱਚ ਗੁਣ ਆਉਂਦੇ ਨੇ, ਮਨ ਕਰਕੇ ਹੀ ਔਗਣ ਆਉਂਦੇ ਹਨ। ਵਿਦਿਆ ਪੜ੍ਹਨ ਲੱਗੇ ਤੁਮ ਜਬ ਤੇ, ਪਰ ਤੁਹਾਡਾ ਦੁਖਾਂਤ ਇਹ ਸੀ। ਸੋ ਇੱਕ ਬੇਨਤੀ ਕਰਾਂ, ਜਿੱਥੇ ਆਪਾਂ ਜਿਤਨੇ ਸਰੀਰ ਬੈਠੇ ਲੱਖਾਂ ਸਰੀਰ ਜਿਹੜੇ ਨੇ ਘਰਾਂ ਵਿੱਚ ਬਹਿ ਕਰਕੇ ਕਥਾ ਵਾਰਤਾ ਸਰਵਣ ਕਰਦੇ ਨੇ, ਸੋ ਉਹਨਾਂ ਸਰੀਰਾਂ ਦੇ ਵਿੱਚ ਬਹੁਤ ਐਸੇ ਸਰੀਰ ਹੋਣਗੇ ਜੋ ਸਾਡੇ ਵਾਲੀ ਇਸ ਲਾਈਨ ਦੇ ਉੱਤੇ ਤੁਰਦੇ ਨੇ, ਭਾਵ ਕੋਈ ਗੁਰੂ ਕੇ ਪ੍ਰਚਾਰਕ ਹੋਣਗੇ, ਕੀਰਤਨੀਏ ਹੋਣਗੇ, ਗੁਰੂ ਕੇ ਪਾਠੀ ਸਿੰਘ ਹੋਣਗੇ, ਗੁਰਸਿੱਖੀ ਲਾਈਨ ਦੇ ਵਿੱਚ ਤੁਰ ਕੇ ਜੀਵਨ ਦਾ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਹੋਵਣਗੇ। ਸੋ ਉਹਨਾਂ ਸਭਨਾਂ ਨੂੰ ਬੇਨਤੀ, ਇਹ ਜੋ ਪਾਵਨ ਪੰਗਤੀਆਂ ਇਹ ਸਾਡੇ ਸਾਰਿਆਂ ਦੇ ਵਾਸਤੇ, ਕੇਵਲ ਉਸ ਬਾਲਾ ਕ੍ਰਿਸ਼ਨਾ ਵਾਸਤੇ ਨਹੀਂ ਹਨ। ਸੋ ਖੈਰ ਸਾਹਿਬ ਕਹਿਣ ਲੱਗੇ, ਤੁਸੀਂ ਜਦੋਂ ਵਿੱਦਿਆ ਪੜ੍ਹਨ ਲੱਗੇ ਸੀ ਨਾ, ਅਤੇ ਵਿੱਦਿਆ ਦੀ ਪ੍ਰਾਰੰਭਤਾ ਕਰਦਿਆਂ ਤੁਹਾਡੇ ਮਨ ਦਾ ਖਿਆਲ ਇਹ ਸੀ ਕਿ ਅਸੀਂ ਇਸ ਵਿੱਦਿਆ ਨੂੰ ਪੜ੍ਹ ਕੇ ਸਿਰਫ ਲੋਕਾਂ ਨੂੰ ਰਜਾਉਣਾ ਹੈ, ਭਾਵ ਕਿ ਇਹ ਗ੍ਰੰਥ ਪੜ੍ਹ ਕੇ ਕਥਾ ਕਰਨੀ, ਕਥਾ ਕਰਕੇ ਦੁਨੀਆਂ ਨੂੰ ਪ੍ਰਸੰਨ ਕਰਨਾ, ਲੋਕਾਂ ਨੂੰ ਰਜਾਉਣਾ ਅਤੇ ਦੁਨੀਆਂ ਤੋਂ ਵਾਹ ਵਾਹ ਖੱਟਣੀ ਹੈ। ਤੁਹਾਡੀ ਮੰਜ਼ਿਲ ਹੀ ਇਹ ਨਹੀਂ ਸੀ ਕਿ ਤੁਸੀਂ ਗ੍ਰੰਥਾਂ ਨੂੰ ਪੜ੍ਹ ਕੇ ਕੋਈ ਆਤਮਕ ਸੁੱਖ ਲੈਣਾ ਹੈ। ਮਨ ਤ੍ਰਿਸ਼ਨਾ ਉਪਜਾਏ ਸਤਬ ਤੇ, ਤੁਸੀਂ ਉਸੇ ਦਿਨ ਤੋਂ ਜਿਸ ਦਿਨ ਤੋਂ ਵਿੱਦਿਆ ਪੜ੍ਹਨੀ ਸ਼ੁਰੂ ਕੀਤੀ ਹੈ ਤੁਸੀਂ ਧਰਮ ਦੀ, ਉਸੇ ਦਿਨ ਤੋਂ ਤੁਸੀਂ ਆਪਣੇ ਮਨ 'ਚ ਤ੍ਰਿਸ਼ਨਾ ਪੈਦਾ ਕੀਤੀ ਹੋਈ ਹੈ। ਸੋ ਭਾਵ ਇਹ ਹੈ ਕਿ ਬਹੁਤ ਸਰੀਰ ਅਸੀਂ ਵੀ ਉਹਦੇ ਵਿੱਚ ਹਾਂ ਜੋ ਇਸ ਤਰ੍ਹਾਂ ਹੁੰਦੇ ਨੇ ਕਿ ਅਸੀਂ ਕਥਾ ਕੀਰਤਨ ਸਿੱਖਣਾ ਹੀ ਤਾਂ ਇਹ ਕਰਕੇ ਅਸੀਂ ਵਾਹ ਵਾਹ ਖੱਟਣੀ ਸੰਸਾਰ ਦੇ ਵਿੱਚ,
ਧਨ ਪਦਾਰਥ ਪ੍ਰਾਪਤ ਕਰਨੇ ਦੇ ਦੇਸਾਂ ਵਿਦੇਸ਼ਾਂ ਦੀਆਂ ਯਾਤਰਾ ਕਰਨੀਆਂ ਨੇ, ਵੱਡੀਆਂ ਵੱਡੀਆਂ ਇਮਾਰਤਾਂ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰ ਲੈਣੀ ਹੈ, ਜੋ ਜ਼ਿੰਦਗੀ ਦਾ ਸੁੱਖ ਹੈ ਅਸੀਂ ਪ੍ਰਾਪਤ ਕਰਨਾ, ਇਹ ਮੰਜ਼ਿਲ ਮਿੱਥੀ ਹੁੰਦੀ ਕਈ ਦਫ਼ਾ ਸਾਡੇ ਵੀ ਜੀਵਨ ਵਿੱਚ ਸੀ, ਕੋਈ ਗੁਰੂ ਕੀ ਹਜ਼ੂਰੀ 'ਚ ਝੂਠ ਨਹੀਂ ਹੈ। ਸੋ ਇਸ ਤਰ੍ਹਾਂ ਬਹੁਤ ਸਰੀਰ ਐਸੇ ਹੁੰਦੇ ਨੇ ਜਿਹੜੇ ਸਿੱਖਦੇ ਹੀ ਇਸ ਕਰਕੇ ਨੇ, ਇਸ ਲਾਈਨ 'ਤੇ ਤੁਰਦੇ ਹੀ ਇਸ ਕਰਕੇ ਨੇ ਕਿ ਉਹ ਕੱਲ੍ਹ ਨੂੰ ਕਵੇ ਮੈਨੂੰ ਸ਼ਾਂਤੀ ਨਹੀਂ ਆਈ, ਆਏਗੀ ਕਿਵੇਂ। ਸੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਤੁਸੀਂ ਸਿੱਖਣਾ ਜਦੋਂ ਸ਼ੁਰੂ ਕੀਤਾ, ਤੁਸੀਂ ਮੰਜ਼ਿਲ ਹੀ ਆਪਣੀ ਇਹ ਮਿੱਥੀ ਸੀ, ਤੁਸੀਂ ਤ੍ਰਿਸ਼ਨਾ ਨੂੰ ਆਪਣੀ ਮੰਜ਼ਿਲ ਬਣਾ ਕੇ ਇਸ ਮਾਰਗ ਦੇ ਪਾਂਧੀ ਬਣੇ ਸੀ। ਉਹ ਵਿਦਿਆ ਹਮ ਪਠ ਹੈ ਬਣਾਏ, ਕਿ ਅਸੀਂ ਬਹੁਤ ਵਿਦਿਆ ਪੜ੍ਹਨੀ ਹੈ, ਬੜੇ ਚੋਟੀ ਦੇ ਵਿਦਵਾਨ ਬਣਨਾ, ਅਤੇ ਉਸ ਤੋਂ ਬਾਅਦ ਬਣਾ ਬਣਾ ਕੇ ਬੜੀਆਂ ਉਦਾਹਰਨਾਂ ਦੇ ਕੇ ਬੜੇ ਸੋਹਣੇ ਪ੍ਰਸੰਗ ਸੁਣਾ ਕਰਕੇ ਕਥਾ ਕਰਿਆ ਕਰਾਂਗੇ। ਦਰਬ ਸਮੂਹ ਲੇਹ ਉਪਜਾਏ, ਤੇ ਬੜਾ ਧਨ ਜਿਹੜਾ ਉਹ ਲੋਕਾਂ ਤੋਂ ਖੱਟਾਂਗੇ, ਭਾਵ ਘਰ ਦੀ ਗਰੀਬੀ ਦੂਰ ਹੋ ਜਾਏਗੀ, ਬੜਾ ਧਨ ਪ੍ਰਾਪਤ ਕਰਾਂਗੇ, ਸਮੂਹਾਏ ਸਾਰੇ ਸੁਖਦਾਇਕ ਪਦਾਰਥ ਪ੍ਰਾਪਤ ਕਰ ਲਵਾਂਗੇ, ਸੁਖ ਸੰਪਤੀ ਇਕੱਠੀ ਕਰਾਂਗੇ। ਦਿੜ ਸੰਕਲਪ ਤਥਾ ਹੀ ਰਹਿਓ, ਤੇ ਤੁਹਾਡਾ ਸੰਕਲਪ ਜਿਹੜਾ ਉਹ ਬੜਾ ਦ੍ਰਿੜ ਸੀ, ਜਿਹਨੂੰ ਅਸੀਂ ਕਹਿੰਦੇ ਪੱਕਾ ਸੰਕਲਪ ਕਰ ਲੈਣਾ, ਉਹ ਉਵੇਂ ਦਾ ਉਵੇਂ ਹੀ ਰਿਹਾ। ਭਾਵ ਇੱਥੇ ਕਵਾਂ, ਇੱਕ ਤਾਂ ਵਿੱਦਿਆ ਪੜ੍ਹਨ ਤੋਂ ਪਹਿਲਾਂ ਸੰਕਲਪ ਸੀ ਅੰਦਰ, ਪਰ ਜਦੋਂ ਧਰਮ ਗ੍ਰੰਥਾਂ ਨੂੰ ਪੜ੍ਹਨਾ ਸ਼ੁਰੂ ਕੀਤਾ, ਹੋ ਸਕਦਾ ਸੀ ਸੰਕਲਪ ਖਤਮ ਵੀ ਹੋ ਜਾਂਦਾ, ਪਰ ਤੁਸੀਂ ਆਪਣਾ ਸੰਕਲਪ ਟੁੱਟਣ ਹੀ ਨਹੀਂ ਦਿੱਤਾ। ਭਾਵ ਵਿੱਦਿਆ ਪੜ੍ਹਦਿਆਂ ਪੜ੍ਹਦਿਆਂ ਕਿਤੇ ਨਾ ਕਿਤੇ ਤਾਂ ਬੰਦੇ ਨੂੰ ਗਿਆਨ ਹੋ ਜਾਂਦਾ, ਅਤੇ ਸ਼ਾਇਦ ਕੋਈ ਕਹਿ ਦੇਵੇ ਛੱਡੋ, ਆਪਾਂ ਹੁਣ ਇਹਨਾਂ ਚੀਜ਼ਾਂ ਵਾਸਤੇ ਨਹੀਂ ਪੜ੍ਹਨੀ, ਰੂਹਾਨੀਅਤ ਵਾਸਤੇ ਸਾਰਾ ਕੁਝ ਕਰਨਾ। ਪਰ ਤੁਸੀਂ ਆਪਣਾ ਜਿਹੜਾ ਸੰਕਲਪ ਸੀ ਬੜਾ ਦ੍ਰਿੜ ਕਰਕੇ ਰੱਖਿਆ ਕਿ ਇੰਨੇ ਗ੍ਰੰਥ ਪੜ੍ਹਨ ਤੋਂ ਬਾਅਦ ਵੀ ਤੁਸੀਂ ਆਪਣੇ ਅੰਦਰ ਦਾ ਇਰਾਦਾ ਨਹੀਂ ਟੁੱਟਣ ਦਿੱਤਾ। ਕਰ ਕਰ ਕਥਾ ਦਰਬ ਹੀ ਲਹਿਓ, ਤੇ ਤੁਸੀਂ ਆਪਣੇ ਇਰਾਦੇ ਨੂੰ ਪ੍ਰੈਕਟੀਕਲ ਰੂਪ ਵੀ ਦਿੱਤਾ। ਫਿਰ ਇੰਨੇ ਸਾਲ ਪੜ੍ਹ ਕੇ ਮੁਸ਼ਕਤ ਕਰਕੇ ਫਿਰ ਕਥਾ ਵਾਰਤਾ ਕਰਨ ਲੱਗੇ, ਫਿਰ ਕਥਾ ਵਾਰਤਾ ਕਰਕੇ ਬਹੁਤ ਧਨ ਪਦਾਰਥ ਜਿਹੜਾ ਖੱਟਿਆ ਤੇ ਦੁਨੀਆਂ ਨੂੰ ਪ੍ਰਸੰਨ ਵੀ ਕੀਤਾ। ਨਿਜ ਮਨ ਕੇ ਸਮਝਾਵਨ ਕਾਰਨ, ਪਰ ਪੰਡਿਤ ਜੀ ਦੁੱਖ ਤੇ ਇਹ ਹੈ ਕਿ ਨਿਜ ਮਨ ਕੇ ਆਪਣੇ ਮਨ ਨੂੰ ਸਮਝਾਉਣ ਵਾਸਤੇ ਨਹੀਂ ਕੁਛ ਕੀਤਾ। ਸੋ ਇਹ ਸੱਚ ਹੈ, ਕਈ ਦਫ਼ਾ ਅਸੀਂ ਵੀ ਜਦੋਂ ਕਥਾ ਪੜ੍ਹਦੇ ਹਾਂ ਜਾਂ ਕਥਾ ਕਰਨ ਵਾਸਤੇ ਤਿਆਰੀ ਕਰਦੇ ਹਾਂ ਤੇ ਗੁਰੂ ਕੀ ਹਜ਼ੂਰੀ 'ਚ ਸੱਚ ਹੈ, ਮਨ ਦੇ ਅੰਦਰ ਇਹ ਖਿਆਲ ਆਉਂਦਾ ਇਸ ਤਰ੍ਹਾਂ ਕਰਾਂਗੇ ਸਾਰੇ ਪ੍ਰਸੰਨ ਹੋ ਜਾਣ। ਕਈ ਦਫ਼ਾ ਕਥਾ ਦੀ ਤਿਆਰੀ ਜਾਂ ਕਥਾ ਕਰਨ ਦਾ ਤਰੀਕਾ ਇਹ ਹੁੰਦਾ ਦੁਨੀਆ ਪ੍ਰਸੰਨ ਹੋ ਜਾਵੇ, ਪਰ ਬਹੁਤ ਘੱਟ ਇਹ ਕਥਾ ਦੀ ਤਿਆਰੀ ਕਰਦੇ ਹਾਂ ਜਿਹਦੇ ਨਾਲ ਆਪਣੇ ਅੰਦਰ ਪ੍ਰਸੰਨਤਾ ਮਿਲੇ ਕਿ ਕਥਾ ਕੀਤੀ, ਕੋਈ ਅੰਦਰ ਨੂੰ ਖੁਸ਼ੀ ਮਿਲੀ ਹੈ। ਸੋ ਇੰਜ ਸਾਹਿਬ ਜੀ ਕਹਿਣ ਲੱਗੇ, ਕਥਾ ਕਰਦੇ ਹੋ ਦੁਨੀਆ ਨੂੰ ਪ੍ਰਸੰਨ ਕਰਨ ਲਈ, ਪਰ ਬਹੁਤ ਘੱਟ ਆਪਣੇ ਮਨ ਦੀ ਪ੍ਰਸੰਨਤਾ ਜਾਂ ਆਪਣੇ ਆਪ ਨੂੰ ਸਮਝਾਉਣ ਵਾਸਤੇ ਤੁਸੀਂ ਕਥਾ ਕੀਤੀ ਜਾਂ ਪੜ੍ਹਨਾ ਕੀਤਾ। ਪਠੀ ਨਾ ਵਿਦਿਆ ਕੀਏ ਨਾ ਵਿਚਾਰਨ, ਤੇ ਵਿਦਿਆ ਪੜ੍ਹੀ ਪਰ ਲੋਕਾਂ ਵਾਸਤੇ, ਆਪਣੇ ਵਾਸਤੇ ਪਠੀ ਨਾ ਵਿਦਿਆ, ਆਪਣੇ ਵਾਸਤੇ ਤਾਂ ਪੜ੍ਹੀ ਨਹੀਂ, ਸਾਰੀ ਜ਼ਿੰਦਗੀ ਲੋਕਾਂ ਲਈ ਪੜ੍ਹੇ ਗ੍ਰੰਥ, ਵੀ ਗ੍ਰੰਥ ਪੜ੍ਹ ਕੇ ਲੋਕਾਂ ਨੂੰ ਉਪਦੇਸ਼ ਦੇਵਾਂਗੇ, ਸਾਖੀਆਂ ਸੁਣਾਵਾਂਗੇ। ਪਠੀ ਨਾ ਵਿਦਿਆ, ਨਾ ਤਾਂ ਆਪਣੇ ਵਾਸਤੇ ਪੜ੍ਹੀ ਅਤੇ ਨਾ ਵਿਚਾਰਨ ਕਰੀ, ਦੁਨੀਆ ਵਾਸਤੇ ਵਿਚਾਰੇ ਬੜੇ ਗ੍ਰੰਥ, ਪਰ ਆਪਣੇ ਸਰੂਪ ਦੀ ਪ੍ਰਾਪਤੀ ਵਾਸਤੇ ਇੱਕ ਵੀ ਪੰਕਤੀ ਤੇ ਬਹਿ ਕੇ ਕਦੀ ਵਿਚਾਰ ਨਹੀਂ ਕੀਤੀ। ਕਥਾ ਕਰਤ ਤਨ ਮਹਿ ਮਨ ਰਹਿ, ਇਸ ਤਰ੍ਹਾਂ ਕਥਾ ਕਰਦਿਆਂ ਕਰਦਿਆਂ ਮਨ ਜਿਹੜਾ ਸੀ ਉਹ ਸਾਰੀ ਜ਼ਿੰਦਗੀ ਧਨ ਦੇ ਵਿੱਚ ਹੀ ਤੁਰਦਾ ਫਿਰਦਾ ਰਿਹਾ। ਕਿਮ ਸ਼ਾਂਤੀ ਗੁਣ ਗਨ ਕੋ ਲਹੇ, ਤੇ ਹੁਣ ਤੁਸੀਂ ਕਹਿੰਦੇ ਹੋ ਸਾਨੂੰ ਸ਼ਾਂਤੀ ਨਹੀਂ ਆਉਂਦੀ। ਸਾਹਿਬ ਕਹਿੰਦੇ ਜਿੰਨੇ ਆਰੰਭਤਾ ਸਿੱਖਣ ਲੱਗਿਆਂ ਮਨ ਦਾ ਇਰਾਦਾ ਬਣਾ ਲਿਆ, ਮੈਂ ਸਿਰਫ਼ ਧਨ ਪ੍ਰਾਪਤ ਕਰਨਾ, ਦੁਨੀਆ 'ਚ ਵਾਹ ਵਾਹ ਖੱਟਣੀ, ਦੇਸ਼ਾਂ ਪ੍ਰਦੇਸ਼ਾਂ ਦੀ ਸੈਰ ਕਰਨੀ ਹੈ, ਅਤੇ ਹੁਣ ਸਾਰਾ ਕੁਝ ਪ੍ਰਾਪਤ ਕਰਦਿਆਂ ਹੋਇਆਂ ਕਿੱਥੋਂ ਫੁਰਨਾ ਬਣਾਈ ਬੈਠੇ ਜੇ ਵੀ ਸਾਨੂੰ ਸ਼ਾਂਤੀ ਆ ਜਾਵੇ, ਤੁਹਾਡੀ ਮੰਜ਼ਿਲ ਹੀ ਨਹੀਂ ਸੀ ਇਹ। ਸੋ ਇਸ ਤਰ੍ਹਾਂ ਸਾਹਿਬ ਸਾਨੂੰ ਵੀ ਸਾਰਿਆਂ ਨੂੰ ਇਹ ਸਮਝਾਉਂਦੇ ਨੇ ਕਿ ਭਾਈ ਜਦੋਂ ਮੰਜ਼ਿਲ ਹੀ ਇਹ ਨਹੀਂ ਹੈ ਕਿ ਕਥਾਂ 'ਚੋਂ ਕੋਈ ਰਸ ਮਿਲ ਜਾਏ, ਕੋਈ ਗੁਰੂ ਕੀ ਪ੍ਰਾਪਤੀ ਹੋ ਜਾਏ, ਤੇ ਫਿਰ ਕਹੋ ਸਾਨੂੰ ਸ਼ਾਂਤੀ ਨਹੀਂ ਆਉਂਦੀ ਪਈ, ਮਨ ਦਾ ਟਿਕਾਓ ਨਹੀਂ ਵੱਜਦਾ ਪਿਆ। ਸੋ ਭਾਈ ਇਹ ਤੁਹਾਡੇ ਅੰਦਰ ਦਾ ਝੂਠ ਹੈ। ਅਬ ਤੇ ਕਰੋ ਅਗਾਰੀ ਐਸੇ, ਕਹਿੰਦੇ ਹੁਣ ਅੱਜ ਤੋਂ ਬਾਅਦ ਕੀ ਕਰੋ, ਅਗਾਰੀ ਐਸੇ ਅੱਜ ਤੋਂ ਬਾਅਦ ਹੁਣ ਇੰਜ ਕਰਿਆ ਕਰਿਓ, ਸਮਝਾਵਨ ਹਿਤ ਲੋਕਨ ਜੈਸੇ, ਜਿਵੇਂ ਲੋਕਾਂ ਨੂੰ ਸਮਝਾਉਣ ਦੇ ਵਾਸਤੇ, ਦੂਜਿਆਂ ਨੂੰ ਉਪਦੇਸ਼ ਕਰਨ ਦੇ ਵਾਸਤੇ ਕਥਾ ਦੀ ਤਿਆਰੀ ਕਰਦੇ ਹੋ, ਬੜੇ ਬੜੇ ਸਲੋਕ ਰੱਟਦੇ ਹੋ,
ਬੜੇ ਸ਼ੇਰ ਯਾਦ ਕਰਦੇ ਹੋ, ਬੜੀਆਂ ਸਾਖੀਆਂ ਯਾਦ ਕਰਦੇ ਹੋ, ਬੜੀਆਂ ਪੰਕਤੀਆਂ ਯਾਦ ਕਰਦੇ ਹੋ। ਅਨੇਕ ਭਾਂਤ ਕੀ ਕਰ ਚਤੁਰਾਈ, ਕਈ ਪ੍ਰਕਾਰ ਦੀ ਚਤੁਰਾਈ ਕਰਕੇ ਦਲੀਲਾਂ ਜੁਗਤੀਆਂ ਉਕਤੀਆਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ। ਕਰ ਹੋ ਰਿਝਾਵਨ ਠਾਨ ਉਪਾਈ, ਤੇ ਫਿਰ ਆਪਣੇ ਅੰਦਰ ਠਾਣ ਲੈਂਦੇ ਹੋ ਕਿ ਅੱਜ ਕਥਾ ਕਰਕੇ ਸਾਰਿਆਂ ਤੋਂ ਵਾਹ ਵਾਹ ਖੱਟ ਕੇ ਆਉਣੀ ਹੈ। ਕੋਈ ਐਸਾ ਸਰੀਰ ਨਾ ਹੋਵੇ ਜਿਹੜਾ ਕਹਿ ਦੇ ਵੀ ਮੈਨੂੰ ਕਥਾ ਪਸੰਦ ਨਹੀਂ ਆਈ। ਸੁਇੰਜ ਸਾਹਿਬ ਕਹਿੰਦੇ ਜਿਵੇਂ ਰੋਜ਼ਾਨਾ ਇਹ ਕਰਦੇ ਹੋ, ਅੱਜ ਤੋਂ ਇੰਜ ਕਰਿਆ ਕਰਿਓ। ਤੈਸੇ ਮਨ ਸਮਝਾਵਨ ਕਾਰਨ, ਪਹਿਲਾਂ ਲੋਕਾਂ ਨੂੰ ਸਮਝਾਉਣ ਲਈ ਸਾਰਾ ਕੁਛ ਕਰਦੇ ਸੀ, ਅੱਜ ਤੋਂ ਹਰ ਇੱਕ ਚਤੁਰਾਈ ਜਾਂ ਹਰ ਇੱਕ ਸਾਖੀ ਸਿੱਖਿਆ ਉਹ ਆਪਣੇ ਮਨ ਨੂੰ ਸਮਝਾਉਣ ਵਾਸਤੇ ਕਰੋ। ਜੇ ਚਤੁਰਾਈ ਵੀ ਕਰਨੀ ਮਨ ਨੂੰ ਸਮਝਾਉਣ ਲਈ ਕਰੋ। ਕੋਈ ਸਿੱਖਿਆ ਯਾਦ ਕਰ ਰਹੇ ਹੋ, ਆਪਣੇ ਮਨ ਨੂੰ ਸਮਝਾਉਣ ਲਈ ਯਾਦ ਕਰੋ। ਕੋਈ ਸਲੋਕ ਯਾਦ ਕਰ ਰਹੇ ਹੋ, ਕੋਈ ਕਥਾ ਦੀ ਤਿਆਰੀ ਕਰ ਰਹੇ ਹੋ, ਦੁਨੀਆਂ ਵਾਸਤੇ ਨਹੀਂ, ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸਮਝਾਉਣ ਵਾਸਤੇ ਕਰੋ। ਪੜ ਵੇਦਾਂਤ ਸੋ ਕਰੋ ਵਿਚਾਰਨ, ਵੇਦਾਂਤ ਪੜ੍ਹ ਕੇ, ਵੇਦਾਂ ਨੂੰ ਪੜ੍ਹ ਕੇ ਰੱਟੇ ਨਾ ਮਾਰੋ, ਉਹਨਾਂ ਨੂੰ ਵਿਚਾਰ ਨਾ ਕਰੋ, ਤੇ ਵਿਚਾਰ ਕੇ ਆਪਣੇ ਆਪ ਤੇ ਲਾਗੂ ਕਰਨਾ ਕਰੋ। ਇਸ ਉਦਮ ਮੈਂ ਬਹੁ ਜਬ ਲਾਗੋ, ਜਦੋਂ ਇਸ ਉਦਮ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਤੁਸੀਂ ਲੱਗ ਜਾਣਾ ਕਰੋਗੇ। ਸਿਮਰੋ ਸਤਨਾਮ ਅਨੁਰਾਗੋ, ਉਸ ਤੋਂ ਬਾਅਦ ਬੜੇ ਪਿਆਰ ਦੇ ਨਾਲ ਅਨੁਰਾਗ ਪ੍ਰੇਮ ਦੇ ਨਾਲ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਿਓ। ਪਹਿਲਾਂ ਆਪਣੇ ਆਪ ਨੂੰ ਸਮਝਾਉਣ ਵਾਸਤੇ ਪੜ੍ਹੋ। ਜਿਹਨੂੰ ਸਾਹਿਬ ਕਹਿੰਦੇ ਮਨ ਸਮਝਾਵਨ ਕਾਰਨੇ ਕਛੂਅਕ ਪੜ੍ਹੀਏ ਗਿਆਨ, ਕਿ ਆਪਣੇ ਮਨ ਨੂੰ ਸਮਝਾਉਣ ਵਾਸਤੇ ਥੋੜ੍ਹਾ ਬਹੁਤਾ ਪੜ੍ਹੋ। ਸਾਰੀ ਜ਼ਿੰਦਗੀ ਲੋਕਾਂ ਨੂੰ ਸਮਝਾਉਣ ਵਾਸਤੇ ਪੰਨੇ ਪਲਟੇ ਨੇ ਕਿਤਾਬਾਂ ਦੇ। ਸੋ ਇੰਜ ਸਾਹਿਬ ਜੀ ਕਹਿੰਦੇ ਜਦੋਂ ਥੋੜ੍ਹੀ ਜਿਹੀ ਆਪਣੇ ਆਪ ਨੂੰ ਸਮਝ ਆਉਣ ਲੱਗ ਪਈ ਨਾ, ਵੀ ਮੈਂ ਕੀ ਕਰਦਾ, ਮੈਂ ਕਿਉਂ ਆਇਆ, ਮੈਂ ਕੀ ਕਰਨਾ ਸੀ, ਉਸ ਤੋਂ ਬਾਅਦ ਫਿਰ ਸਤਨਾਮ ਦਾ ਸਿਮਰਨ ਸ਼ੁਰੂ ਕਰਿਓ। ਮਾਸ ਮਾਸ ਮੈਂ ਦਰਸੋ ਗੁਰ ਕੋ, ਤੇ ਮਾਸ ਮਾਸ ਮਹੀਨੇ ਦੀ ਮਹੀਨੇ ਆ ਕਰਕੇ ਗੁਰੂ ਕੇ ਦਰਸ਼ਨ ਕਰਿਓ, ਭਾਵ ਸਾਡੇ ਕੋਲ ਆਇਆ ਕਰਿਓ। ਆਏ ਬਿਰਤਾਂਤ ਬਤਾਵੋ ਉਰ ਕੋ, ਤੁਸੀਂ ਸਾਰਾ ਬਿਰਤਾਂਤ ਜਿਹੜਾ ਆਪਣਾ ਸਾਨੂੰ ਦੱਸਦੇ ਰਿਹਾ ਜੇ ਆ ਕਰਕੇ, ਕਿਉਂਕਿ ਜਦੋਂ ਵੀ ਕੁਛ ਪ੍ਰੈਕਟੀਕਲ ਕਰੋ ਤੇ ਉਹਦੇ ਵਿੱਚ ਕਈ ਪ੍ਰਕਾਰ ਦੀਆਂ ਅੜਚਨਾਂ ਆਉਂਦੀਆਂ ਨੇ, ਕਈ ਪ੍ਰਕਾਰ ਦੇ ਸ਼ੰਕੇ ਆਉਂਦੇ, ਕਈ ਪ੍ਰਕਾਰ ਦੀਆਂ ਰੁਕਾਵਟਾਂ ਆਉਂਦੀਆਂ। ਸੋ ਸਾਹਿਬ ਕਹਿੰਦੇ ਸਮੇਂ ਸਮੇਂ 'ਤੇ ਆ ਕੇ ਸਾਨੂੰ ਸਭ ਕੁਛ ਦੱਸਿਓ, ਜੇ ਕੋਈ ਅੜਚਨ ਰੁਕਾਵਟ ਆਉਂਦੀ ਹੋਈ ਅਸੀਂ ਰਾਹ ਪਾਵਾਂਗੇ। ਸੁੱਖ ਦੁੱਖ ਜੋ ਪਈਐ ਪਰਲੋਕ, ਅਤੇ ਸੁੱਖ ਅਤੇ ਦੁੱਖ ਜਿਹੜੇ ਹਨ ਜੋ ਬਹੁਤ ਪ੍ਰੇਹ ਹਨ ਇਸ ਲੋਕ ਅਤੇ ਪਰਲੋਕ ਅੰਦਰ, ਸੁੱਖ ਦੁੱਖ ਜੋ ਪਈਐ ਲੋਕ, ਜੋ ਇਸ ਲੋਕ ਦੇ ਅਤੇ ਪਰਲੋਕ ਦੇ ਅੰਦਰ ਸੁੱਖ ਅਤੇ ਦੁੱਖ ਪ੍ਰਾਪਤ ਹੁੰਦੇ ਹਨ, ਤਿਸ ਕੋ ਲਖ ਹੋਲੇ ਹੋ ਮਨ ਰੋਕ, ਉਹ ਤੁਸੀਂ ਆਪਣੇ ਮਨ ਨੂੰ ਫਿਰ ਰੋਕ ਲਿਓ। ਤਿਸ ਕੋ ਲਖ ਹੋ, ਭਾਵ ਤੁਹਾਨੂੰ ਸਮਝ ਆਉਣ ਲੱਗ ਜਾਏਗੀ ਕਿ ਸਾਰੇ ਮਨ ਦੇ ਫੁਰਨੇ ਸੰਕਲਪ ਨੇ, ਇਹਨਾਂ ਨਾਲ ਸਾਨੂੰ ਦੁੱਖ ਮਿਲਣਾ, ਇਹਨਾਂ ਨਾਲ ਸੁੱਖ ਮਿਲਣਾ। ਫਿਲਹਾਲ ਆਪਾਂ ਦੂਜਿਆਂ ਨੂੰ ਹੀ ਕਹਿ ਰਹੇ ਸੀ ਕਿ ਤੁਹਾਨੂੰ ਲੋਕ ਦੇ ਦੁੱਖ ਮਿਲਣੇ, ਪਰਲੋਕ ਦੇ ਦੁੱਖ ਮਿਲਣੇ, ਆਪਣੇ 'ਤੇ ਲਾਗੂ ਕਰੋ। ਉਸ ਤੋਂ ਬਾਅਦ ਸਮਝ ਆਏਗੀ ਕਿ ਲੋਕ ਪਰਲੋਕ ਦੇ ਦੁੱਖ ਮਿਲਣਗੇ ਇਸ ਮਨ ਕਰਕੇ। ਸੋ ਮਨ ਨੂੰ ਗਲਤ ਪਾਸੇ ਜਾਣ ਤੋਂ ਆਪਣੇ ਆਪ ਹੀ ਰੋਕੋਗੇ। ਜਿਵੇਂ ਫਰਜ਼ ਕਰੋ, ਪਤਾ ਹੋਵੇ ਕਿ ਗਲੀ 'ਚੋਂ ਬਾਹਰ ਨਿਕਲਾਂਗੇ, ਇੱਕ ਬੱਚਾ ਘਰੋਂ ਬਾਹਰ ਨਿਕਲੇਗਾ, ਉਹਨੂੰ ਕੋਈ ਦੁੱਖ ਮਿਲ ਸਕਦਾ, ਰੋਡ ਦੇ ਉੱਤੇ ਗੱਡੀਆਂ ਲੰਘਦੀਆਂ ਨੇ, ਆਹ ਕੁਛ ਹੁੰਦਾ, ਅਤੇ ਆਪਾਂ ਕਦੀ ਉਹਨੂੰ ਕਹਾਂਗੇ ਵੀ ਤੂੰ ਜਾ ਬਾਹਰ ਜਾ, ਸਾਨੂੰ ਪਤਾ ਬਾਹਰ ਨਿਕਲੇਗਾ ਦੁੱਖ ਮਿਲੇਗਾ, ਆਪਾਂ ਘਰ ਵਿੱਚ ਰੱਖਾਂਗੇ ਉਹਨੂੰ। ਸੋ ਇਸੇ ਤਰ੍ਹਾਂ ਜਦੋਂ ਸਮਝ ਆ ਜਾਏਗੀ ਕਿ ਮਨ ਕਰਕੇ ਹੀ ਦੁੱਖ ਮਿਲਦਾ, ਮਨ ਕਰਕੇ ਸੁੱਖ ਮਿਲਦਾ, ਸੋ ਮਨ ਇਹ ਇੱਕ ਐਸੀ ਬੇੜੀ ਹੈ ਜੇ ਪੁੱਠੀ ਹੋ ਜੇ ਤਾਂ ਆਪਣੇ ਮਾਲਕ ਨੂੰ ਡੋਬ ਕੇ ਰੱਖ ਦਿੰਦੀ ਹੈ, ਖੇਡ ਸਾਰੀ ਮਨ ਦੀ ਹੈ। ਅਤੇ ਜੇ ਸਿੱਧੀ ਚੱਲਦੀ ਜਾਏ ਅਤੇ ਕਿਨਾਰੇ ਕਿਨਾਰੇ 'ਤੇ ਚੱਲਦਿਆਂ ਹੋਇਆਂ ਨਾਲੇ ਕਿਨਾਰਿਆਂ ਦੀ ਸੁੰਦਰਤਾ, ਕਿਨਾਰਿਆਂ ਦਾ ਦ੍ਰਿਸ਼ ਵਿਖਾਉਂਦੀ ਅਤੇ ਨਾਲੇ ਪਾਰਲੇ ਕਿਨਾਰੇ ਲਾ ਦਿੰਦੀ। ਇਹ ਮਨ ਐਸੀ ਬੇੜੀ ਜੇ ਪੁੱਠੀ ਹੋ ਗਈ ਤਾਂ ਡੋਬ ਕੇ ਰੱਖੇਗੀ, ਜੇ ਸਿੱਧੀ ਚੱਲ ਗਈ ਚੱਲਦੀ ਗਈ ਨਾਲੇ ਸੋਹਣਾ ਦ੍ਰਿਸ਼ ਦਿਖਾਏਗੀ ਅਤੇ ਨਾਲੇ ਮਨ ਦੀ ਬੇੜੀ ਪਾਰਲੇ ਕਿਨਾਰੇ ਲਾ ਦੇਵੇਗੀ। ਸੋ ਇਸ ਤਰ੍ਹਾਂ ਸਾਹਿਬ ਕਹਿੰਦੇ ਇਹ ਮਨ ਨੂੰ ਪਕੜਨਾ ਕਰੋ। ਬਸ ਹਰਿਦੈ ਮਨ ਕੀ ਸਭ ਜਾਣੈ, ਅਤੇ ਇਹ ਜਾਣੋ ਕਿ ਅਕਾਲ ਪੁਰਖ ਪਰਮੇਸ਼ਰ ਸਾਡੇ ਹਿਰਦੇ 'ਚ ਵੱਸਦਾ ਅਤੇ ਉਹ ਸਾਡੇ ਮਨ ਦੀ ਹਰ ਹਾਲਤ ਨੂੰ, ਭਾਵੇਂ ਉਹ ਚੰਗੀ ਹੈ ਭਾਵੇਂ ਮੰਦੀ ਹੈ, ਬੜੇ ਚੰਗੇ ਤਰੀਕੇ ਦੇ ਨਾਲ ਜਾਣਦਾ ਹੈ। ਸੋ ਪਰਮੇਸ਼ਰ ਲਖ ਸਭ ਥਾਨ, ਉਸ ਪਰਮੇਸ਼ਰ ਨੂੰ ਜਾਣੋ ਕਿ ਉਹ ਸਾਰੀਆਂ ਥਾਵਾਂ ਦੇ ਉੱਤੇ
ਹਾਜ਼ਰ ਨਾਜ਼ਰ ਹੈ, ਸਾਡੇ ਅੰਦਰ ਵੀ ਹੈ, ਦੂਸਰੇ ਦੇ ਅੰਦਰ ਵੀ, ਤੇ ਸਾਡੇ ਮਨ ਦੇ ਇੱਕ ਇੱਕ ਫੁਰਨੇ ਸੰਕਲਪ ਵਿਕਲਪ ਨੂੰ ਜਾਣਦਾ ਹੈ। ਸ੍ਰੀ ਮੁਖ ਤੇ ਸੁਣ ਪੰਡਤ ਦੋ, ਇਸ ਤਰ੍ਹਾਂ ਸ੍ਰੀ ਮੁਖ ਤੋਂ ਸੁਣ ਕਰਕੇ ਦੋਵੇਂ ਪੰਡਿਤ ਬਾਲਾ ਤੇ ਕ੍ਰਿਸ਼ਨਾ ਮਨ ਬਾਕ ਵਿਚਾਰਤ ਸੋ, ਸਤਿਗੁਰਾਂ ਦੇ ਪਾਵਨ ਬਚਨ ਜਿਹੜੇ ਇਹਨਾਂ ਨੂੰ ਮੰਨਣ ਲੱਗੇ ਤੇ ਨਾਲ ਨਾਲ ਵਿਚਾਰ ਕਰਨ ਲੱਗੇ, ਮਨ ਕੋ ਸਮਝਾਵਣ ਪੁਨਾ ਲਾਗੇ। ਹੁਣ ਜਿਤਨੀ ਵੀ ਕਥਾ ਕਰਦੇ ਨੇ, ਪਹਿਲਾਂ ਦੁਨੀਆਂ ਨੂੰ ਸਮਝਾਉਣ ਲਈ ਕਰਦੇ ਸੀ, ਭਾਈ ਇੰਜ ਨਾ ਕਰਿਆ ਕਰੋ, ਆ ਕਰੋ, ਉਹ ਕਰੋ, ਹੁਣ ਸਾਰੇ ਦਾ ਸਾਰਾ ਉਪਦੇਸ਼ ਜਿਹੜਾ ਉਹ ਆਪਣੇ ਮਨ ਨੂੰ ਸਮਝਾਉਣ ਵਾਸਤੇ ਕਰ ਰਹੇ ਹਨ। ਸਨੈ ਸਨੈ ਤ੍ਰਿਸ਼ਨਾ ਦਿਕ ਤਿਆਗੇ, ਤੇ ਸਨੈ ਸਨੈ ਹੌਲੀ ਹੌਲੀ ਤ੍ਰਿਸ਼ਨਾ ਆਦਿਕ, ਤ੍ਰਿਸ਼ਨਾ ਦੇ ਸਮੇਤ ਕਈ ਔਗਣ ਜਿਹੜੇ ਸਾਨੂੰ ਤਿਆਗ ਦਿੱਤੇ, ਕਿਉਂਕਿ ਇਹ ਤੇ ਇੱਕ ਸਿੱਧਾ ਜਿਹਾ ਇਹਦਾ ਅਰਥ ਹੈ ਕਿ ਜਦੋਂ ਰੋਜ਼ਾਨਾ ਦੂਜੇ ਨੂੰ ਉਪਦੇਸ਼ ਦਿੰਦੇ ਹਾਂ ਤੇ ਆਪਾਂ ਸਮਝਦੇ ਹਾਂ, ਆਮ ਵੀ ਸ਼ਬਦ ਕਹਿੰਦੇ, ਅਸੀਂ ਰੋਜ਼ਾਨਾ ਉਹਨੂੰ ਸਮਝਾਉਂਦੇ ਰਹਿ ਸਮਝਾਉਂਦੇ ਰਹਿ, ਜਿਵੇਂ ਮਾਂ ਪਿਓ ਕਹਿੰਦੇ ਅਸੀਂ ਬੱਚੇ ਨੂੰ ਸਮਝਾਉਂਦੇ ਰਹਿ ਸਮਝਾਉਂਦੇ ਰਹਿ, ਇੱਕ ਦਿਨ ਉਹ ਸਿੱਧੇ ਰਾਹ ਪੈ ਗਿਆ, ਜਾਂ ਅਧਿਆਪਕ ਕਹਿੰਦਾ ਮੈਂ ਵਿਦਿਆਰਥੀ ਨੂੰ ਸਮਝਾਉਂਦਾ ਰਿਹਾ ਸਮਝਾਉਂਦਾ ਰਿਹਾ, ਇੱਕ ਦਿਨ ਸਿੱਧੇ ਰਾਹ ਪੈ ਗਿਆ। ਆਮ ਦੁਨੀਆਂ 'ਚ ਕਹਿੰਦੇ ਅਸੀਂ ਸਮਝਾਉਂਦੇ ਰਹਿ ਲੋਕਾਂ ਨੂੰ, ਆਖਰ ਕੁਝ ਲੋਕ ਸਿੱਧੇ ਰਾਹ ਪੈ ਗਏ। ਸੋ ਇਸ ਤਰ੍ਹਾਂ ਜਦੋਂ ਰੋਜ਼ਾਨਾ ਮਨ ਨੂੰ ਸਮਝਾਉਂਦੇ ਰਹਾਂਗੇ, ਇੱਕ ਦਿਨ ਇਹ ਵੀ ਸਿੱਧੇ ਰਾਹ ਪੈ ਜਾਊਗਾ, ਅੜੀ ਥੋੜ੍ਹੀ ਕਰੇਗਾ। ਮਨ ਦਾ ਗੁਰਮੁਖੋ ਇੱਕ ਸੁਭਾਅ ਹੈ, ਜੇ ਤੁਸੀਂ ਮਾੜੀ ਮੰਜ਼ਿਲ ਮਿੱਥ ਲਈ ਤਾਂ ਇਹਨੇ ਮਾੜੀ ਮੰਜ਼ਿਲ 'ਚ ਤੁਹਾਡੀ ਸਹਾਇਤਾ ਕਰਨੀ ਹੈ, ਐਸਾ ਮਿੱਤਰ ਹੈ ਤੁਹਾਡਾ। ਜੇ ਤੁਸੀਂ ਚੰਗੀ ਮੰਜ਼ਿਲ ਮਿੱਥ ਲਈ, ਇਹਨੇ ਚੰਗੀ ਮੰਜ਼ਿਲ 'ਚ ਤੁਹਾਡਾ ਮਦਦਗਾਰ ਹੋ ਜਾਣਾ। ਮਨ ਬੁਰਾ ਨਹੀਂ ਹੈ, ਜੇ ਅਸੀਂ ਕਹੀਏ ਸਿਰਫ ਮਾੜੇ ਕੰਮਾਂ 'ਚ ਹੀ ਸਾਡੀ ਸਹਾਇਤਾ ਕਰਦਾ ਅਤੇ ਚੰਗੇ ਕੰਮਾਂ 'ਚ ਅੜਚਨ ਪੈਦਾ ਕਰਦਾ, ਬਿਲਕੁਲ ਨਹੀਂ। ਜੇ ਮਾੜੇ ਕੰਮਾਂ ਵਾਲੇ ਪਾਸੇ ਤੁਰ ਪਓਗੇ, ਇਹ ਇੱਕ ਪਰਛਾਵਾਂ ਹੈ ਐਸਾ, ਜਿਵੇਂ ਆਪਾਂ ਦਿਨੇ ਤੁਰਦੇ ਹਾਂ ਅਤੇ ਪਰਛਾਵੇਂ ਦਾ ਫਰਜ਼ ਹੁੰਦਾ ਸਾਡੇ ਨਾਲ ਤੁਰਨਾ, ਭਾਵੇਂ ਆਪਾਂ ਗੁਰਦੁਆਰੇ ਨੂੰ ਜਾ ਰਹੇ ਹਾਂ, ਉਹ ਤਾਂ ਵੀ ਸਾਡੇ ਨਾਲ ਨਾਲ ਤੁਰਿਆ ਆਏਗਾ, ਕਿਸੇ ਤਰ੍ਹਾਂ ਕੋਈ ਰੁਕਾਵਟ ਨਹੀਂ ਕਰੇਗਾ ਗੁਰਦੁਆਰੇ ਜਾ ਰਿਹਾ। ਅਤੇ ਜੇ ਬੰਦਾ ਠੇਕੇ ਵੱਲ ਨੂੰ ਤੁਰਿਆ ਜਾਂਦਾ, ਪਰਛਾਵਾਂ ਤਾਂ ਵੀ ਨਾਲ ਤੁਰਿਆ ਜਾਏਗਾ। ਸੋ ਇਸੇ ਤਰ੍ਹਾਂ ਮਨ ਹੈ, ਜੇ ਤੁਸੀਂ ਚੰਗੇ ਮਾਰਗ ਨੂੰ ਤੁਰ ਪਾਓਗੇ, ਇਹਨੂੰ ਪਤਾ ਲੱਗ ਗਿਆ ਵੀ ਇਹ ਬਿਲਕੁਲ ਸਹੀ ਰਸਤੇ ਜਾ ਰਿਹਾ, ਇਹ ਤੁਹਾਡਾ ਮਦਦਗਾਰ ਬਣ ਜਾਏਗਾ। ਜੇ ਮਾੜੇ ਕੰਮ ਤੁਰਦੇ ਹੋ, ਉੱਥੇ ਤਾਂ ਮਦਦਗਾਰ ਹੈ ਹੀ ਹੈ। ਸੋ ਇੰਝ ਜਦੋਂ ਸਹਿਜੇ ਸਹਿਜੇ ਮਨ ਨੂੰ ਸਮਝਾਉਣ ਲੱਗੇ, ਅਤੇ ਮੈਂ ਜ਼ਿਕਰ ਕਰਾਂ, ਰੋਜ਼ ਸਮਝਾਉਂਦੇ ਜਾਓ, ਪਸ਼ੂ ਪੰਛੀ ਵੀ ਆਖੇ ਲੱਗਣ ਲੱਗ ਜਾਂਦੇ ਹੈ, ਮਨ ਕਿਉਂ ਨਹੀਂ ਲੱਗੇਗਾ? ਕਿਉਂਕਿ ਤੁਸੀਂ ਦੇਖਦੇ ਹੋ ਸਰਕਸ ਦੇ ਵਿੱਚ, ਉਹ ਖੁੰਖਾਰ ਜਾਨਵਰ ਸ਼ੇਰ ਚੀਤੇ ਵੀ ਜਦੋਂ ਰੋਜ਼ ਉਹਨਾਂ ਨੂੰ ਸਮਝਾਉਂਦੇ ਰਹਿੰਦੇ ਨੇ, ਟ੍ਰੇਨਿੰਗ ਦਿੰਦੇ ਰਹਿੰਦੇ ਨੇ, ਆਖਿਰ ਉਹ ਵੀ ਇੱਕ ਦਿਨ ਸਮਝ ਜਾਂਦੇ, ਮਨੁੱਖ ਦੇ ਇਸ਼ਾਰਿਆਂ 'ਤੇ ਨੱਚਣ ਲੱਗ ਪੈਂਦੇ ਨੇ ਸ਼ੇਰ, ਹਾਥੀ ਮਨੁੱਖ ਦੇ ਇਸ਼ਾਰੇ 'ਤੇ ਨੱਚਦੇ ਸਰਕਸਾਂ 'ਚ ਵੇਖੇ ਨੇ, ਅਤੇ ਮਨ ਕਿੱਡੀ ਕੁ ਮਾੜੀ ਚੀਜ਼ ਹੈ ਵੀ ਸਾਡੇ ਆਖੇ ਨਾ ਲੱਗੇ। ਪਰ ਦੁੱਖ ਇਹ ਹੈ, ਅਸੀਂ ਅੱਜ ਤੱਕ ਇਹਨੂੰ ਸਮਝਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਅਤੇ ਨਾ ਇਹਨੂੰ ਲਗਾਤਾਰ ਸਮਝਾਇਆ, ਇੱਕ ਦਿਨ ਸਮਝਾਇਆ ਨਹੀਂ ਆਖੇ ਲੱਗਾ, ਦੂਜੇ ਦਿਨ ਅਸੀਂ ਹੱਥ ਖੜ੍ਹੇ ਕਰ ਦਿੱਤੇ। ਸੋ ਇਹ ਰੋਜ਼ਾਨਾ ਜਦੋਂ ਆਪਣੇ ਮਨ ਨੂੰ ਸਮਝਾਉਣ ਲੱਗੇ, ਤਾਂ ਸਹਿਜੇ ਸਹਿਜੇ ਮਨ ਜਿਹੜਾ ਉਹ ਮੰਨਣ ਲੱਗਾ, ਤ੍ਰਿਸ਼ਨਾ ਆਦਿਕ ਤੋਂ ਹਟ ਗਿਆ। ਸਤਿਗੁਰ ਸੰਗ ਕਰਤ ਭੇ ਨੀਤ, ਤੇ ਫਿਰ ਸਤਿਗੁਰਾਂ ਦੇ ਕੋਲ ਆਉਂਦੇ ਨੇ, ਆ ਕਰਕੇ ਆਪਣਾ ਬਿਰਤਾਂਤ ਦੱਸਦੇ ਹਨ। ਸਤਨਾਮ ਸੰਗ ਲਾਗੀ ਪ੍ਰੀਤ, ਇੰਜ ਸਤਨਾਮ ਦੇ ਨਾਲ ਇਹਨਾਂ ਦੀ ਪ੍ਰੀਤ ਜੁੜ ਗਈ ਹੈ, ਸਹਿਜੇ ਸਹਿਜੇ ਮਨ ਮੰਨ ਗਿਆ ਤੇ ਗੁਰੂ ਕੇ ਸ਼ਬਦ ਨਾਲ ਜੁੜ ਗਏ ਹਨ। ਹੋਤ ਪਇਓ ਤਿਨਕੋ ਕਲਿਆਨੇ, ਇਸ ਤਰ੍ਹਾਂ ਇਹਨਾਂ ਦਾ ਕਲਿਆਣ ਹੋ ਗਿਆ। ਗੁਰ ਕੇ ਸਿੱਖ ਹੋਏ ਮਨ ਮੰਨੇ, ਇਸ ਤਰ੍ਹਾਂ ਮਨ ਮੰਨ ਗਿਆ, ਜਦੋਂ ਮਨ ਮੰਨ ਗਿਆ ਤਾਂ ਗੁਰ ਕੇ ਸਿੱਖ ਹੋਏ, ਗੁਰੂ ਕੇ ਸਿੱਖ ਹੋ ਗਏ। ਇੱਕ ਇਹ ਅਰਥ ਸਪਸ਼ਟ ਹੈ ਕਿ ਗੁਰੂ ਕੇ ਸਿੱਖ ਹੋਣ ਵਾਸਤੇ ਪਹਿਲਾਂ ਮਨ ਨੂੰ ਮਨਾਉਣਾ ਪਏਗਾ। ਆਮ ਹੀ ਆਪਾਂ ਸ਼ਬਦ ਕਹਿੰਦੇ ਜੀ, ਹਾਲੇ ਮਨ ਨਹੀਂ ਮੰਨਦਾ ਪਿਆ ਅੰਮ੍ਰਿਤ ਛਕਣ ਵਾਸਤੇ, ਮਨ ਨਹੀਂ ਮੰਨਦਾ ਪਿਆ ਗੁਰੂ ਘਰ ਆਉਣ ਵਾਸਤੇ, ਮਨ ਨਹੀਂ ਮੰਨਦਾ ਪਿਆ ਸਿੱਖੀ ਨੂੰ ਧਾਰਨ ਕਰਨ ਵਾਸਤੇ। ਅਤੇ ਇਹ ਗੱਲ ਪੱਕੀ ਹੈ ਵੀ ਮਨ ਨੂੰ ਮਨਾਉਣਾ ਵੀ ਅਸੀਂ ਆਪ ਹੈ। ਅਤੇ ਦੂਜਾ ਇਹ ਹੈ, ਗੁਰੂ ਅੱਗੇ ਅਰਦਾਸ ਕਰਦੇ ਰਹੀਏ ਅਤੇ ਯਤਨਸ਼ੀਲ ਆਪ ਰਹੀਏ। ਯਤਨਸ਼ੀਲ ਅਸੀਂ ਰਹਿਣਾ ਅਤੇ ਮਦਦ ਗੁਰੂ ਨੇ ਕਰਨੀ, ਸਹਾਇਤਾ ਗੁਰੂ ਨੇ ਕਰਨੀ। ਅਤੇ ਫਿਰ ਭਗਤ ਜੀ ਇੱਕ ਸ਼ਬਦ ਕਹਿੰਦੇ ਨੇ ਸਾਹਿਬ ਬਾਣੀ ਅੰਦਰ ਕਿ ਜਦੋਂ ਇਹ ਮੰਨ ਜਾਂਦਾ, ਮਨ ਮੰਨੇ ਲੋਗ ਨਾ ਭਤੀਜੈ, ਜਦੋਂ ਮੰਨ ਗਿਆ ਤੇ ਯਾਦ ਰੱਖਿਓ ਦੁਨੀਆਂ ਨਾਲੋਂ ਟੁੱਟਣਾ ਪਏਗਾ। ਕਿਉਂਕਿ ਇੱਕ ਜੀਵਨ ਬਦਲ ਜਾਂਦਾ, ਅਤੇ ਜਦੋਂ ਜੀਵਨ ਬਦਲ ਜਾਂਦਾ ਉਦੋਂ ਜਿਹੜੇ ਲੋਕ ਤੁਹਾਨੂੰ ਜਿਸ ਰੂਪ ਵਿੱਚ ਪਹਿਲਾਂ ਦੇਖਦੇ ਸੀ, ਹੁਣ ਉਹਨਾਂ ਵਾਸਤੇ ਉਹ ਰੂਪ ਨਹੀਂ ਰਹਿ ਗਿਆ, ਉਹਨਾਂ ਨੇ ਆਪਣੇ ਆਪ ਹੀ ਦੁਖੀ ਹੋਣਾ। ਜੇ ਚੋਰਾਂ ਨਾਲ ਯਾਰੀ ਸੀ
ਹੁਣ ਜਦੋਂ ਮਨ ਬਦਲ ਗਿਆ ਅਤੇ ਹੁਣ ਚੋਰਾਂ ਨੂੰ ਪ੍ਰਸੰਨਤਾ ਨਹੀਂ ਹੋ ਰਹੀ ਵੀ ਪਹਿਲਾਂ ਤੂੰ ਸਾਡਾ ਸਾਥੀ ਸੀ, ਸਾਡੇ ਨਾਲ ਚੋਰੀਆਂ ਕਰਨ ਜਾਂਦਾ ਸੀ, ਹੁਣ ਤੂੰ ਛੱਡ ਦਿੱਤੀ ਹੈ, ਹੁਣ ਅਸੀਂ ਤੇਰੇ ਨਾਲ ਪਿਆਰ ਥੋੜ੍ਹੀ ਕਰਾਂਗੇ, ਈਰਖਾ ਹੀ ਕਰਾਂਗੇ ਤੇਰੇ ਨਾਲ, ਤੇਰੇ ਨਾਲ ਦੁਸ਼ਮਣੀ ਕਰਾਂਗੇ। ਸੋ ਮਾੜਿਆਂ ਨਾਲ ਯਾਰੀ ਸੀ, ਜਦੋਂ ਮਨ ਬਦਲ ਗਿਆ ਉਹਨਾਂ ਨੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਸੋ ਇਹ ਸੁਭਾਵਿਕ ਹੈ। ਤਾਂ ਇੱਥੇ ਭਗਤ ਦੀ ਬਾਣੀ ਅੰਦਰ ਇੱਕ ਵਚਨ ਕਹਿੰਦੇ, ਮਨ ਮਾਨੇ ਲੋਕ ਨਾ ਭਤੀਜੈ, ਪਰ ਯਾਦ ਰੱਖੀ ਨਾ ਭਤੀਜੈ ਤਾਂ ਉਹ ਕਿਆ ਕੀਜੈ। ਜੇ ਨਹੀਂ ਦੁਨੀਆ ਮੰਨਦੀ ਤਾਂ ਫਿਰ ਅਸੀਂ ਕੀ ਕਰਨਾ, ਅਸੀਂ ਦੁਨੀਆ ਨੂੰ ਮਨਾ ਕੇ ਕੀ ਲੈਣਾ, ਲੋਕਾਂ ਨੂੰ ਮਨਾ ਕੇ ਕੀ ਲੈਣਾ, ਅਸੀਂ ਤਾਂ ਆਪਣੇ ਗੁਰੂ ਨੂੰ ਮਨਾਉਣਾ, ਅਸੀਂ ਤਾਂ ਆਪਣੇ ਪਿਤਾ ਨੂੰ ਮਨਾਉਣਾ। ਸਵਿੰਜ ਇਹਨਾਂ ਨੇ ਯਤਨ ਕੀਤਾ ਹੈ, ਹੋਤ ਭਇਓ ਤਿੰਨ ਕੋ ਕਲਿਆਣੇ, ਕਲਿਆਣ ਹੋਇਆ ਅਤੇ ਸਹਿਜੇ ਸਹਿਜੇ ਮਨ ਮੰਨ ਗਿਆ ਅਤੇ ਗੁਰੂ ਕੇ ਸਿੱਖ ਹੋ ਗਏ, ਸਿੱਖੀ ਪ੍ਰਾਪਤ ਕਰ ਲਈ ਹੈ। ਗੁਰ ਕੇ ਸਿੱਖ ਹੋਏ ਮਨ ਮੰਨੇ, ਇਸ ਤਰ੍ਹਾਂ ਮਨ ਮੰਨ ਗਿਆ ਗੁਰੂ ਕੇ ਸਿੱਖ ਹੋਣ ਵਾਸਤੇ। ਦੇਖੋ ਕਿਤਨੀ ਵੱਡੀ ਬਾਤ, ਪਹਿਲਾਂ ਦੂਜੇ ਗ੍ਰੰਥਾਂ ਨੂੰ ਪੜ੍ਹਿਆ, ਹਿੰਦੂ ਧਰਮ ਵਿੱਚ ਜੀਵਨ ਬਤੀਤ ਕੀਤਾ, ਵੇਦਾਂ ਸ਼ਾਸਤਰਾਂ ਨੂੰ ਪੜ੍ਹਿਆ, ਪਰ ਨਹੀਂ ਅੰਦਰ ਦੀ ਸੋਝੀ ਮਿਲੀ ਅਤੇ ਕੋਈ ਹੰਕਾਰ ਨਹੀਂ ਕੀਤਾ। ਮੈਂ ਇੱਕ ਬੇਨਤੀ ਜ਼ਰੂਰ ਕਰਾਂ, ਜੇ ਇਸ ਗੱਲ ਦੀ ਸਮਝ ਆ ਜਾਏ ਕਿ ਗੁਰੂ ਕੋਲ ਜਾ ਕੇ ਸ਼ਾਂਤੀ ਮਿਲਣੀ ਅਤੇ ਆਪਣੇ ਮਜ਼ਹਬ ਜਾਂ ਸੰਪਰਦਾ ਜਾਂ ਆਪਣੇ ਭੇਖ ਦਾ ਖਿਆਲ ਜਾਂ ਦੁਨੀਆ ਦੇ ਵੱਲੋਂ ਕਹੇ ਗਏ ਤਾਨਿਆਂ ਦਾ ਖਿਆਲ ਛੱਡ ਕੇ ਗੁਰੂ ਕੀ ਹਜ਼ੂਰੀ ਆ ਜਾਇਓ। ਕਿਉਂਕਿ ਇਹਨਾਂ ਨੂੰ ਵੀ ਪਤਾ ਸੀ, ਜੇ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਜਾਵਾਂਗੇ, ਸਾਡਾ ਸਮਾਜ, ਸਾਡਾ ਭਾਈਚਾਰਾ, ਸਾਡੇ ਧਰਮ ਦੇ ਲੋਕ, ਸਾਨੂੰ ਸੁਣਨ ਵਾਲੇ ਲੋਕ ਕੀ ਕਹਿਣਗੇ ਕਿ ਤੁਸੀਂ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਤੋਂ ਬਾਅਦ ਆਖਰ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਜਾਂਦੇ ਹੋ। ਪਰ ਨਹੀਂ, ਅੰਦਰ ਦੀ ਮੰਜ਼ਿਲ ਇਹ ਸੀ ਕਿ ਸਾਨੂੰ ਆਤਮਿਕ ਸੁੱਖ ਮਿਲੇ। ਸੋ ਸਾਰਾ ਕੁਝ ਤਿਆਗ ਕੇ ਦੁਨੀਆ ਵੱਲੋਂ ਬੇਪਰਵਾਹ ਹੋ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਆ ਗਏ। ਸੋ ਇੰਜ ਮਨ ਮਨਾ ਕਰਕੇ ਸਿੱਖੀ ਪ੍ਰਾਪਤ ਕਰ ਲਈ ਹੈ। ਨਾਮ ਸਮੁੰਦਾ ਇੱਕ ਚਲ ਆਇਓ। ਇਸ ਤਰ੍ਹਾਂ ਜਿੱਥੇ ਇਹਨਾਂ ਨੇ ਸਿੱਖੀ ਪ੍ਰਾਪਤ ਕੀਤੀ, ਸੋ ਅੱਗੇ ਹੋਰ ਸਿੱਖ ਆਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਸਿੱਖ ਦਾ ਨਾਮ ਭਾਈ ਸਮੁੰਦਾ ਹੈ। ਸ੍ਰੀ ਅਰਜਨ ਕੋ ਸੀਸ ਨਿਵਾਇਓ। ਉਹਨੇ ਵੀ ਆ ਕਰਕੇ ਧੰਨ ਗਰੀਬ ਨਿਵਾਜ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸੀਸ ਨਿਵਾਇਆ। ਸੋ ਉਹਦੇ ਜੋ ਪ੍ਰਸ਼ਨ ਹੋਣਗੇ, ਇਹ ਇੱਕ ਪੰਕਤੀ ਆਪ ਜੀ ਨਾਲ ਤਾਂ ਸਾਂਝ ਕੀਤੀ ਕਿ ਕੱਲ੍ਹ ਨੂੰ ਭਾਈ ਸਮੁੰਦਾ ਆਏਗਾ ਅਤੇ ਉਹਦੇ ਵੀ ਬੜੇ ਰੂਹਾਨੀਅਤ ਨਾਲ ਭਰੇ ਹੋਏ ਪ੍ਰਸ਼ਨ ਹੋਣਗੇ। ਕਿਉਂਕਿ ਪਹਿਲੇ ਸਿੱਖਾਂ ਦੇ ਪ੍ਰਸ਼ਨ ਹੁੰਦੇ ਸੀ ਆਤਮਿਕ ਸੁੱਖ ਵਾਲੇ, ਆਪਣੇ ਆਪ 'ਚੋਂ ਨਿਕਲੇ ਹੋਏ ਪ੍ਰਸ਼ਨ, ਆਪਣੇ ਆਪ ਨੂੰ ਜਾਣਨ ਵਾਲੇ ਪ੍ਰਸ਼ਨ। ਪਰ ਅੱਜ ਦੇ ਸਿੱਖਾਂ ਦੇ ਪ੍ਰਸ਼ਨ ਹੁੰਦੇ ਜੀ ਆਹ ਕਿਉਂ ਹੁੰਦਾ, ਉਹ ਕਿਉਂ ਹੁੰਦਾ, ਆਹ ਪੜ੍ਹ ਲਈਏ ਕਿ ਨਾ ਪੜ੍ਹ ਲਈਏ, ਉਹ ਕਰ ਲਈਏ ਕਿ ਨਾ ਕਰ ਲਈਏ। ਸਵਿੰਜੇ ਭਾਈ ਸਮੁੰਦਾ, ਇਹਦਾ ਵੀ ਬੜਾ ਰੂਹਾਨੀਅਤ ਵਾਲਾ ਪ੍ਰਸ਼ਨ ਹੋਏਗਾ, ਪਰ ਸਮਾਂ ਸੰਪੰਨ ਹੈ, ਕੱਲ੍ਹ ਨੂੰ ਆਪ ਜੀ ਸਰਵਣ ਕਰਿਓ। ਹੁਣਾ ਬੇਅੰਤ ਭੁੱਲਾਂ ਦੀ ਖਿਮਾ, ਸਹਿਬ ਸਮਤ ਦੀ ਦਾਤ ਬਖਸ਼ ਨਿਵਾਜਨਾ ਕਰਨ। ਹੋਤ ਪਇਓ ਤਿਨ ਕੋ ਕਲਿਆਣੇ, ਗੁਰ ਕੇ ਸਿੱਖ ਹੋਏ ਮਨ ਮਾਨੇ, ਨਾਮ ਸਮੁੰਦਾ ਇੱਕ ਚਲ ਆਇਓ। ਸ੍ਰੀ ਅਰਜਨ ਕੋ ਸੀਸ ਨਿਵਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।